ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਨਾਨਕ ਸੋ ਅੰਗਦ ਗੁਰਦੇਵ ਨਾਮ ਸੋ ਅਮਰਦਾਸ ਹਰ ਸੇਵਨਾ ਸੋ ਰਾਮਦਾਸ ਸੋ ਅਰਜਨਾ ਸੋ ਹਰ ਗੋਬਿੰਦ ਹਰ ਪਰਸਨਾ ਸੋ ਕਰਤਾ ਹਰ ਰਾਏ ਦਾ ਤਾਰਨੰ ਸੋ ਹਰ ਕ੍ਰਿਸ਼ਨ ਆਗਮ ਅਪਾਰਨੰ ਸੋ ਗੁਰੂ ਤੇਗ ਬਹਾਦਰ ਸਤ ਸਰੂਪਨਾ ਸੋ ਗੁਰੂ ਗੋਬਿੰਦ ਸਿੰਘ ਹਰਿ ਕਾ ਰੂਪਨਾ ਸਭ ਏਕੋ ਏਕੋ ਇੱਕ ਨਾ ਨਹੀਂ ਭੇਦ ਨਾ ਕਛੂ ਪੀ ਪੇਕ ਨਾ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਅ ਦਰਸ਼ਨ ਪਰਸੈ ਗੁਰੂ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਪੱਟੀ ਹੈ ਜਨ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਭਗ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਭਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਪੌੜੀ ਖੇਲਤ ਖੇਲਤ ਆਇਓ ਅਨੇਕ ਜੋਨ ਦੁੱਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ ਖਿਮਾ ਗਹੀ ਸਚ ਸੰਚਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਭਈ ਅਨੰਦ ਸੁਖ ਵਿਸਰਾਮ
ਹੇ ਪੁਨਿਵਾਹੀ ਬਹੁਤ ਲਾਭ ਘਰ ਆਏ ਪਤਵੰਤ ਖਰਾ ਦਿਲਾਸਾ ਗੁਰ ਦੀਆ ਆਏ ਮਿਲੇ ਭਗਵੰਤ ਆਪਨ ਕੀਆ ਕਰਹੇ ਆਪ ਆਗੈ ਪਾਸ਼ੈ ਆਪ ਨਾਨਕ ਸੋ ਸਰਾਹੀਐ ਜੇ ਘਟ ਘਟ ਰਹਿਆ ਬਿਆਪ ਆਪਨ ਕੀਆ ਕਰਹੇ ਆਪ ਆਗੈ ਪਾਸ਼ੈ ਆਪ ਨਾਨਕ ਸੋ ਸਰਾਹੀਐ ਜੇ ਘਟ ਘਟ ਰਹਿਆ ਬਿਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸੁਭਾਈਮਾਨ ਗੁਰੂ ਕਲਗੀਧਰ ਪਿਤਾ ਜੀ ਦੇ ਪਾਵਨ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹਾਜ਼ਰ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਗੁਰੂ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਸਮੇਂ ਨੂੰ ਸਫਲਾ ਕਰੀਏ, ਸਤਿਗੁਰਾਂ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। ਚੱਲ ਰਹੀ ਲੜੀਵਾਰ ਵਿਚਾਰ ਦੇ ਅੰਤਰਗਤ ਅੱਜ ਦਾ ਪਾਵਨ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ 261 ਦੇ ਉੱਪਰ ਸੁਭਾਈਮਾਨ ਧੰਨ ਗੁਰੂ ਅਰਜਨ ਦੇਵ ਜੀ ਦੀ ਪਾਵਨ ਪਵਿੱਤਰ ਬਾਣੀ ਗੌੜੀ 52 ਅੱਖਰੀ ਜੋ ਸ੍ਰੀ ਸੁਖਮਨੀ ਸਾਹਿਬ ਜੀ ਤੋਂ ਪਹਿਲਾਂ ਦਰਜ ਹੈ। ਇਸ ਪਾਵਨ ਬਾਣੀ ਦੀਆਂ 55 ਪੌੜੀਆਂ ਹਨ, ਜਿਹਦੇ ਵਿੱਚੋਂ ਇਹ 53ਵੀਂ ਪੌੜੀ ਹੈ। ਇਸ ਤੋਂ ਅੱਗੇ 2 ਪੌੜੀਆਂ ਹੋਰ ਹਨ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਵਿੱਚ ਅੱਖਰਾਂ ਦੇ ਰਾਹੀਂ ਉਪਦੇਸ਼ ਕੀਤਾ ਹੈ। ਸਤਿਗੁਰਾਂ ਨੇ ਇੱਥੇ ਸ਼ਬਦ ਉਚਾਰਿਆ ਹੈ, ਖਾਤ ਪੀਤ ਖੇਲਤ ਹਸਤ, ਖੇਲਤ ਖੇਲਤ ਆਇਓ ਖੱਖਾ ਅੱਖਰ। ਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਅਸੀਂ ਇਸ ਜੀਵਨ ਦੇ ਵਿੱਚ ਮਾਲਕ ਦੀਆਂ ਦਿੱਤੀਆਂ ਹੋਈਆਂ ਨਿਆਮਤਾਂ ਨੂੰ ਮੰਨਦੇ ਹਾਂ ਪਰ ਮਨੋਰਥ ਨੂੰ ਭੁੱਲ ਜਾਂਦੇ ਹਾਂ। ਸਾਡੇ ਜੀਵਨ ਦਾ ਕੋਈ ਮਕਸਦ ਹੈ, ਇਹ ਸਾਡੇ ਸਮਝ ਵਿੱਚ ਨਹੀਂ ਆਉਂਦਾ। ਇਸ ਜੀਵਨ ਨੂੰ ਚੱਲਦਾ ਰੱਖਣ ਲਈ ਜੋ ਚੀਜ਼ਾਂ ਵਾਹਿਗੁਰੂ ਨੇ ਬਣਾਈਆਂ ਹੈ, ਖਾਣਾ ਪੀਣਾ ਹੱਸਣਾ, ਇਹੀ ਚੀਜ਼ਾਂ ਸਾਨੂੰ ਜ਼ਿੰਦਗੀ ਲੱਗਦੀ ਹੈ। ਅੱਗੇ ਦਾ ਕੋਈ ਮਕਸਦ ਸਾਡਾ ਨਹੀਂ ਰਹਿੰਦਾ, ਇਹਦੇ ਨਾਲ ਸਾਡਾ ਜੀਵਨ ਵਿਅਰਥ ਚਲਾ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਮਨੁੱਖ ਨੂੰ ਇਹਦੇ ਜੀਵਨ ਦਾ ਮਨੋਰਥ ਸਮਝਾਇਆ, ਜੀਵਨ ਮਨੋਰਥ ਕਿਵੇਂ ਹਾਸਲ ਕਰਨਾ ਹੈ ਉਹ ਤਰੀਕਾ ਸਮਝਾਇਆ, ਅਤੇ ਕਿੰਨਾ ਗੱਲਾਂ ਕਰਕੇ ਇਹ ਜੀਵਨ ਵਿਅਰਥ ਚਲਾ ਜਾਂਦਾ ਹੈ, ਉਹਨਾਂ ਦਾ ਸਤਿਗੁਰਾਂ ਨੇ ਜ਼ਿਕਰ ਅੱਜ ਦੀ ਇਸ ਪੌੜੀ ਵਿੱਚ ਕੀਤਾ ਹੈ। ਕਿਹੜਾ ਵਪਾਰ ਅਸੀਂ ਕਰਨ ਆਏ ਹਾਂ ਉਹ ਕਿਵੇਂ ਹੋ ਸਕਦਾ ਹੈ, ਕਿਵੇਂ ਬੰਦਾ ਪਤਵੰਤ ਇੱਜ਼ਤ ਵਾਲਾ ਬਣ ਸਕਦਾ ਹੈ, ਕਿਵੇਂ ਮਾਲਕ ਦੀ ਕਿਰਪਾ ਹੋ ਸਕਦੀ ਹੈ, ਕਿਵੇਂ ਇਹਦੇ ਖੇਦ ਮਿਟ ਸਕਦੇ ਨੇ, ਸਾਰਾ ਕੁਝ ਮਹਾਰਾਜ ਨੇ ਅੱਜ ਦੇ ਇਸ ਸ਼ਬਦ ਵਿੱਚ ਫਰਮਾਇਆ ਹੈ। ਆਓ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਇੱਕ ਵਾਰ ਸਾਰੀ ਸੰਗਤ ਗੁਰੂ ਚਰਨਾਂ 'ਚ ਹਾਜ਼ਰੀ ਲਵਾਉਂਦੇ ਹੋਏ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ। ਸਲੋਕ ਦੇ ਅੰਦਰ ਪਾਤਸ਼ਾਹ ਫਰਮਾਉਂਦੇ ਨੇ ਖਾਤ ਖਾਂਦਿਆਂ ਪੀਤ ਪੀਂਦਿਆਂ ਖੇਲਤ ਖੇਡਦਿਆਂ ਅਤੇ ਹੱਸਦਿਆਂ ਖਾਂਦਿਆਂ ਪੀਂਦਿਆਂ ਖੇਡਦਿਆਂ ਹੱਸਦਿਆਂ ਭਰਮੇ ਜਨਮ ਅਨੇਕ ਬਹੁਤ ਸਾਰੇ ਜਨਮ ਅਸੀਂ ਭਟਕਦੇ ਭਟਕਦੇ ਆਏ ਹਾਂ। ਗੁਰੂ ਪਾਤਸ਼ਾਹ ਜੀ ਜਿਵੇਂ ਫਰਮਾਉਂਦੇ ਹਨ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਜੀਵ ਆਤਮਾ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਜਨਮ ਹੈ, ਉਹਦੇ ਹੁਕਮ ਵਿੱਚ ਹੀ ਮਰਨ ਹੈ। ਹੁਕਮੇ ਜੰਮਣ ਹੁਕਮੇ ਮਰਨਾ, ਗੁਰ ਤੇ ਸਮਝ ਪੜੀ ਕਿਆ ਡਰਨਾ। ਇਸ ਜਨਮ ਮਰਨ ਦਾ ਮੂਲ ਕੀ ਹੈ? ਅਹੰਕਾਰ ਹੈ। ਹੇ ਅਹੰਕਾਰ, ਜਿਹੜਾ ਮਹਾਰਾਜ ਫਰਮਾਉਂਦੇ ਨੇ ਜਨਮ ਮਰਨ ਮੂਲ ਅਹੰਕਾਰ ਪਾਪ ਆਤਮਾ। ਪਾਪ ਦਾ ਮੂਲ ਮੁੱਢ, ਜਨਮ ਮਰਨ ਦਾ ਮੁੱਢ ਅਹੰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਜੋਗੀਆਂ ਪੁੱਛਿਆ, ਬਾਬਾ ਸੰਸਾਰ ਕਿਵੇਂ ਪੈਦਾ ਹੁੰਦਾ ਹੈ? ਕਿਤ ਕਿਤ ਬਿਧ ਜਗ ਉਪਜੈ ਪੁਰਖਾ, ਕਿਤ ਕਿਤ ਦੁੱਖ ਬਿਨ ਸਜਾਈ। ਜੋਗੀਆਂ ਦਾ ਜਿਹੜਾ ਸਵਾਲ ਸੀ ਉਹ ਅਧਿਆਤਮਕ ਸੀ, ਸੰਸਾਰਕ ਨਹੀਂ ਸੀ। ਜੇ ਸੰਸਾਰਕ ਜਾਂ ਵਿਗਿਆਨਕ ਸਵਾਲ ਹੋਵੇ ਕਿ ਸੰਸਾਰ ਦੀ ਉਤਪਤੀ ਕਿਵੇਂ ਹੁੰਦੀ ਹੈ, ਮਨੁੱਖ ਦੀ ਉਤਪਤੀ, ਜੀਵਾਂ ਦੀ ਉਤਪਤੀ ਕਿਵੇਂ ਹੈ, ਤਾਂ ਉਹਦਾ ਜਵਾਬ ਦਿੱਤਾ ਜਾ ਸਕਦਾ ਹੈ ਕਿ ਮਾਂ ਕੀ ਰਖਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਅਪਾਰਾ। ਪਰ ਜੋਗੀਆਂ ਦਾ ਸਵਾਲ ਅਧਿਆਤਮਕ ਸੀ, ਡੂੰਘਾ ਸੀ, ਕਿ ਜਿਹਨੂੰ ਜੱਗ ਕਹਿੰਦੇ ਹਾਂ, ਜੱਗ ਮੈਲਾ ਹੈ, ਜੱਗ ਜਿਹਦਾ ਤਿਆਗ ਕਰਕੇ ਜੋਗੀ ਸੰਸਾਰ ਤੋਂ ਭੱਜਦਾ ਹੈ, ਪਹਾੜਾਂ 'ਤੇ ਜਾਂਦਾ ਹੈ, ਉਹ ਜੱਗ ਕਿੱਦਾਂ ਉਪਜਦਾ ਹੈ? ਸਾਰੇ ਸੰਸਾਰ ਦੀ ਉਤਪਤੀ ਕੀ ਹੈ? ਗੁਰੂ ਸਾਹਿਬ ਜੀ ਨੂੰ ਪੁੱਛਿਆ ਗਿਆ, ਕਿਤ ਕਿਤ ਬਿਧ ਜੱਗ ਉਪਜੈ ਪੁਰਖਾ, ਕਿਤ ਕਿਤ ਦੁੱਖ ਬਿਨ ਸਜਾਈ। ਤਾਂ ਗੁਰੂ ਸਾਹਿਬ ਨੇ ਜਵਾਬ ਇਹ ਦਿੱਤਾ ਸੀ, ਹਉਮੈ ਵਿੱਚ ਜੱਗ ਉਪਜੈ ਪੁਰਖਾ, ਨਾਮ ਵਿਸਰਿਆਂ ਦੁੱਖ ਪਾਈ। ਹਉਮੈ ਦੇ ਵਿੱਚ ਹੀ ਜਗਤ ਦੀ ਉਤਪਤੀ ਹੈ। ਜਿਹਨੂੰ ਅਸੀਂ ਜੱਗ ਕਹਿ ਰਹੇ ਹਾਂ, ਜੱਗ ਲੱਗ ਰਿਹਾ, ਜੱਗ ਦਿਖ ਰਿਹਾ, ਜੱਗ ਜਗਤ ਜਲੰਧਾ ਦਿਖ ਰਿਹਾ, ਉਸ ਜਗਤ ਦੀ ਉਤਪਤੀ ਜਿਹੜਾ ਕਿ ਸਾਡੀ ਸੁਰਤ ਵਿੱਚ ਹੀ ਬਣਦਾ ਹੈ, ਉਹ ਅਹੰਕਾਰ ਸਾਡੀ ਹਉਮੈ ਦੇ ਬਣਿਆ ਹੁੰਦਾ। ਹਉਮੈ ਵਿੱਚ ਜੱਗ ਉਪਜੈ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਫਿਰ ਇਸ ਜੱਗ ਦੇ ਵਿੱਚ ਬੰਦੇ ਨੂੰ ਲੱਗਦਾ ਵੀ ਇਹ ਜੱਗ ਹੀ ਮਿੱਠਾ ਹੈ, ਅਗਲਾ ਕਿਹਨੇ ਡਿੱਠਾ ਹੈ, ਐਵੇਂ ਬੰਦਾ ਕਹਿ ਦਿੰਦਾ। ਫਿਰ ਜੇ ਇਹੀ ਮਿੱਠਾ ਹੈ ਤਾਂ ਫਿਰ ਇਸ ਜਨਮ 'ਚ ਤਾਂ ਖਾ ਲਓ ਪੀ ਲਓ, ਇਹੀ ਜ਼ਿੰਦਗੀ ਹੈ, ਤਾਂ ਫਿਰ ਬੰਦਾ ਇਹਨੇ ਜੋਗਾ ਹੀ ਰਹਿ ਜਾਂਦਾ। ਖਾਣਾ ਪੀਣਾ ਹੱਸਣਾ ਸੌਣਾ ਇਹ ਵਿਸਰ ਗਿਆ ਹੈ, ਮਰਨਾ ਮੌਤ ਵੀ ਭੁੱਲ ਜਾਂਦੀ ਹੈ, ਹਾਲਾਂਕਿ ਉਹ ਸਾਹਮਣੇ ਹੁੰਦੀ ਹੈ, ਦਿਖ ਰਹੀ ਹੁੰਦੀ ਹੈ, ਕਿਸੇ ਨਾ ਕਿਸੇ ਨੂੰ ਆ ਹੀ ਰਹੀ ਹੁੰਦੀ ਹੈ, ਫਿਰ ਵੀ ਬੰਦੇ ਨੂੰ ਉਹ ਭੁੱਲ ਜਾਂਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਮਲਹਾਰ ਰਾਗ ਦੇ ਵਿੱਚ ਫਰਮਾਉਂਦੇ ਹਨ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਮਨੁੱਖ ਨੂੰ ਕੇਵਲ ਅਤੇ ਕੇਵਲ ਇਹੀ ਜੀਵਨ ਜਿਹੜਾ ਉਹ ਸੱਚ ਲੱਗਦਾ, ਬਾਕੀ ਹੋਰ ਕੁਝ ਵੀ ਇਹਦੀ ਸਮਝ ਵਿੱਚ ਨਹੀਂ ਆਉਂਦਾ। ਅਤੇ ਮਨੁੱਖ ਸੋਚਦਾ ਹੈ ਕਿ ਇਹੀ ਜੀਵਨ ਸਭ ਕੁਛ ਹੈ, ਫਿਰ ਇਹਦੇ ਲਈ ਜੋ ਕੀਤਾ ਜਾ ਸਕਦਾ ਉਹ ਤਾਂ ਇਹੀ ਹੈ ਕਿ ਵੱਧ ਤੋਂ ਵੱਧ ਖਾ ਲਓ, ਵੱਧ ਤੋਂ ਵੱਧ ਸੌਂ ਲਓ। ਮਹਾਰਾਜ ਨੇ ਫਰਮਾਇਆ, ਭਾਈ ਕਿੰਨਾ ਕੁ ਖਾ ਲਾਂਗੇ, ਕਿੰਨਾ ਕੁ ਸੁਣ ਲਾਂਗੇ, ਕਿੰਨਾ ਕੁ ਤੁਰ ਲਾਂਗੇ, ਇਹਦੀ ਇੱਕ ਲਿਮਿਟ ਹੈ, ਇੱਕ ਹੱਦ ਹੈ, ਇੱਕ ਲੇਖਾ ਹੈ। ਸ੍ਰੀ ਰਾਗ ਦਾ ਸ਼ਬਦ ਹੈ, ਲੇਖ ਹੈ ਬੋਲਣ ਬੋਲਣਾ, ਲੇਖ ਹੈ ਖਾਣਾ ਖਾਓ,
ਲੇਖੈ ਵਾਟ ਚਲਾਈ ਆ, ਲੇਖੈ ਸੁਣ ਵੇਖਾਓ, ਲੇਖੈ ਸਾਹ ਲਵਾਈਆਂ ਹੈ, ਪੜ੍ਹੇ ਕੇ ਪੁੱਛਣ ਜਾਓ। ਇਹ ਤਾਂ ਐਡੀ ਸੌਖੀ ਗੱਲ ਹੈ, ਇਹਦੇ ਲਈ ਕੋਈ ਤੁਹਾਨੂੰ ਪੰਡਤਾਂ ਨੂੰ ਪੁੱਛਣ ਜਾਣ ਦੀ ਲੋੜ ਨਹੀਂ, ਕੋਈ ਸਿਆਣਿਆਂ ਕੋਲ ਜਾਣ ਦੀ ਲੋੜ ਨਹੀਂ, ਪੜ੍ਹੇ ਕੇ ਪੁੱਛਣ ਜਾਓ, ਪੜ੍ਹਿਆਂ ਲਿਖਿਆਂ ਨੂੰ ਪੁੱਛਣ ਜਾਣ ਦੀ ਲੋੜ ਨਹੀਂ। ਇੱਕ ਅਨਪੜ੍ਹ ਬੰਦਾ ਵੀ ਹਿਸਾਬ ਲਾ ਸਕਦਾ ਵੀ ਸਰੀਰ ਦੀ ਖਾਣ ਦੀ ਵੀ ਇੱਕ ਲਿਮਿਟ ਹੈ, ਤੁਰਨ ਦੀ ਵੀ ਇੱਕ ਲਿਮਿਟ ਹੈ, ਬੋਲਣ ਦੀ ਵੀ ਇੱਕ ਲਿਮਿਟ ਹੈ। ਹਰ ਚੀਜ਼ ਲੇਖੇ 'ਚ ਹੈ, ਅਲੇਖੇ ਕੁਛ ਨਹੀਂ ਹੈਗਾ। ਹਰ ਚੀਜ਼ ਦਾ ਹਿਸਾਬ ਹੈ, ਇੱਕ ਹੱਦ ਹੈ, ਉਹਨੇ ਉੱਥੇ ਜਾ ਕੇ ਰੁਕਣਾ ਹੀ ਰੁਕਣਾ, ਮੁੱਕਣਾ ਹੀ ਮੁੱਕਣਾ। ਕੋਈ ਸਮਾਂ ਆਉਂਦਾ ਹੈ ਸਾਡਾ ਸਰੀਰ ਹੱਥ ਖੜ੍ਹੇ ਕਰ ਦਿੰਦਾ ਵੀ ਹੋਰ ਮਿੱਠਾ ਨਹੀਂ ਪਹੁੰਚਾ ਸਕਦਾ। ਇਨਸਾਨ ਦੀ ਸਰੀਰ ਦੀ ਇਹ ਜਿੰਨੀਆਂ ਬਿਮਾਰੀਆਂ ਨੇ, ਰੋਗਾਂ ਨੇ, ਡਾਕਟਰ ਟੈਸਟਾਂ ਦੇ ਵਿੱਚ ਲਿਖ ਕੇ ਦੇ ਦਿੰਦੇ ਨੇ ਵੀ ਇੰਨੇ ਤੋਂ ਤਾਂ ਚਲੀ ਗਈ ਹੈ ਰੀਡਿੰਗ ਨੰਬਰ, ਤਾਂ ਇਹ ਸਰੀਰ ਦੇ ਅੰਦਰ ਇਹ ਜੋ ਤੱਤ ਹੈ ਇਹ ਹੱਦ ਤੋਂ ਵੱਧ ਗਿਆ ਹੈ। ਉਹਨਾਂ ਚਿਰ ਹੀ ਸਰੀਰ ਚੱਲਦਾ ਜਿੰਨੀ ਚਿਰ ਚੀਜ਼ ਉਹ ਲੇਖੇ ਦੇ ਅੰਦਰ ਅੰਦਰ ਹੈ, ਜਿਹਨੂੰ ਆਪਾਂ ਨੋਰਮਲ ਵੈਲਿਊ ਕਹਿੰਦੇ ਹਾਂ। ਸਰੀਰ ਦੀਆਂ ਸਾਰੀਆਂ ਚੀਜ਼ਾਂ ਦੀ ਹੈ, ਤਾਪਮਾਨ ਦੀ ਵੈਲਿਊ ਹੈ, ਇਸੇ ਤਰ੍ਹਾਂ ਹੀ ਸਰੀਰ ਦੇ ਹੋਰ ਵੱਖ ਵੱਖ ਜਿਹੜੇ ਹਿੱਸੇ ਹਨ ਉਹਨਾਂ ਦੀ ਵੈਲਿਊ ਹੈ ਵੀ ਕੀ ਹੋਣਾ ਚਾਹੀਦਾ, ਕਿੰਨਾ ਹੋਣਾ ਚਾਹੀਦਾ। ਅਨਲਿਮਿਟਡ ਕੁਛ ਵੀ ਨਹੀਂ ਹੈ। ਮਹਾਰਾਜ ਕਹਿੰਦੇ ਲੇਖ ਹੈ ਬੋਲਣ ਬੋਲਣਾ, ਲੇਖ ਹੈ ਖਾਣਾ ਖਾਓ, ਲੇਖ ਹੈ ਵਾਟ ਚਲਾਈਆ, ਲੇਖ ਹੈ ਸੁਣ ਵੇਖਾਓ, ਲੇਖ ਹੈ ਸਾਹ ਲਵਾਈਆਂ, ਪੜ੍ਹੇ ਕੇ ਪੁੱਛਣ ਜਾਓ। ਬਾਬਾ ਮਾਇਆ ਰਚਨਾ ਤੋਹ, ਅੰਧੇ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ। ਅਸੀਂ ਖਾਣਾ ਪੀਣਾ ਹੱਸਣਾ ਖੇਡਣਾ ਇਹੀ ਜ਼ਿੰਦਗੀ ਮੰਨ ਕੇ ਬੈਠਦੇ ਹਾਂ। ਸ਼ਬਦ ਦੀ ਪਹਿਲੀ ਪੰਕਤੀ ਹੀ ਇਹ ਹੈ, ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ। ਅਸੀਂ ਕੇਵਲ ਖਾਣ ਪੀਣ ਖੇਡਣ ਹੱਸਣ ਨੂੰ ਹੀ ਜ਼ਿੰਦਗੀ ਮੰਨਿਆ ਹੋਇਆ ਅਤੇ ਇਹਦੇ ਵਿੱਚ ਹੀ ਸਾਡੇ ਭਰਮੇ ਜਨਮ ਅਨੇਕ, ਅਨੇਕਾਂ ਜਨਮ ਅਸੀਂ ਭਟਕਦੇ ਆਏ ਹਾਂ। ਨਾਨਕ ਤੇਰੀ ਟੇਕ, ਭਾਵ ਸ਼ਬਦ ਦਾ ਮਤਲਬ ਹੁੰਦਾ ਹੈ ਜਿਹੜਾ ਜਨਮ ਅਤੇ ਸੰਸਾਰ, ਇਹਦੇ ਦੋ ਅਰਥ ਨੇ। ਭਾਵ ਦਾ ਮਤਲਬ ਜਨਮ ਵੀ ਹੁੰਦਾ, ਭਾਵ ਦਾ ਮਤਲਬ ਸੰਸਾਰ ਵੀ ਹੁੰਦਾ। ਭਾਵ ਜਲ, ਸੰਸਾਰ ਜਲ, ਸੰਸਾਰ ਸਮੁੰਦਰ, ਭਾਵ ਨਿੱਧ ਵੀ ਕਹਿੰਦੇ ਹਾਂ, ਭਾਵ ਜਲ ਵੀ ਲਿਖਿਆ ਹੁੰਦਾ, ਭਾਉ ਜਲ ਊੜੇ ਨਾਲ ਵੀ ਆਉਂਦਾ। ਭਾਵ ਜਲ ਦਾ ਮਤਲਬ ਹੈ ਸੰਸਾਰ ਸਮੁੰਦਰ। ਸੰਸਾਰ ਜਿਹੜਾ ਹੈ, ਜਿਹਨੂੰ ਸੰਸਾਰ ਜਾਂ ਜੱਗ ਗੁਰੂ ਸਾਹਿਬ ਨੇ ਕਿਹਾ, ਉਹਦਾ ਮੂਲ ਹਉਮੈ ਹੈ। ਹਉਮੈ ਤੋਂ ਗਾਂਹ ਉਹਦੇ 'ਚ ਦੂਜੀਆਂ ਬਾਕੀ ਚੀਜ਼ਾਂ ਪੈਦਾ ਹੁੰਦੀਆਂ ਨੇ, ਕਾਮ, ਲੋਭ, ਮੋਹ, ਹੰਕਾਰ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਇਹ ਜਿਹੜੇ ਵਿਕਾਰ ਨੇ ਇਹੀ ਸਾਡੀ ਦੁਨੀਆ ਹੈ, ਅਸੀਂ ਇਹਨਾਂ ਦੇ ਵਿੱਚ ਵਿੱਚ ਹੀ ਰਹਿੰਦੇ ਹਾਂ, ਹਉਮੈ ਦੇ ਵਿੱਚ ਉਤਪੱਤੀ ਹੈ। ਇਹ ਜਿਹੜਾ ਜਗਤ ਹੈ ਸਾਡਾ ਆਪਣੇ ਆਪ ਮਨ ਦਾ ਬਣਾਇਆ ਹੋਇਆ ਸੰਸਾਰ ਹੈ, ਅਸੀਂ ਇਹਦੇ ਬੰਧਨ ਵਿੱਚ ਗਵਾਚ ਜਾਂਦੇ ਹਾਂ, ਇਹਦੇ ਵਿੱਚ ਹੀ ਅਸੀਂ ਭਟਕਦੇ ਰਹਿੰਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਭਾਵ ਜਲ ਹੈ, ਸੰਸਾਰ ਸਮੁੰਦਰ ਵਰਗਾ, ਜਿਵੇਂ ਸਮੁੰਦਰ ਦਾ ਨਾ ਕੋਈ ਇੱਧਰਲਾ ਕਿਨਾਰਾ ਦਿਖਦਾ ਨਾ ਉੱਧਰਲਾ, ਬਹੁਤ ਦੂਰ ਤੱਕ ਪਾਣੀ ਹੀ ਪਾਣੀ ਦਿਖੀ ਜਾਂਦਾ, ਸਮੁੰਦਰ ਦੇ ਵਿੱਚ ਕਿਨਾਰਾ ਬਹੁਤ ਦੂਰ ਦਿਖਦਾ, ਕਈ ਵਾਰੀ ਦਿਖਦਾ ਵੀ ਨਹੀਂ, ਸਾਰੇ ਪਾਸੇ ਪਾਣੀ ਦਿਖਦਾ। ਗੁਰੂ ਸਾਹਿਬ ਜੀ ਕਹਿੰਦੇ ਹਨ ਸੰਸਾਰ ਵੀ ਸਮੁੰਦਰ ਹੈ, ਸਮੁੰਦਰ ਵਿੱਚ ਲਹਿਰਾਂ ਕਿਹੜੀਆਂ ਹਨ, ਲੋਭ ਲਹਿਰ ਅਤ ਨੀਜਰ ਵਾਜੈ ਕਾਇਆ ਡੂਬੈ ਕੇਸਵਾ। ਲੋਭ ਦੀਆਂ ਲਹਿਰਾਂ ਜਿਹੜੀਆਂ ਹਨ ਉਹ ਵੱਜਦੀਆਂ ਨੇ, ਆਉਂਦੀਆਂ ਨੇ ਛੱਲਾਂ, ਅਤੇ ਸਰੀਰ ਇਹ ਡੁੱਬ ਜਾਂਦਾ, ਕਾਇਆ ਡੂਬੈ ਕੇਸਵਾ। ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ। ਸੰਸਾਰ ਸਮੁੰਦਰ ਹੈ, ਲੋਭ ਦੀਆਂ ਲਹਿਰਾਂ ਨੇ, ਅਤੇ ਲਹਿਰਾਂ ਦੇ ਵਿੱਚ ਇੱਕ ਖਾਸੀਅਤ ਹੁੰਦੀ ਹੈ,
ਲਹਿਰ ਜਿਹੜੀ ਹੁੰਦੀ ਹੈ ਜੇ ਇੱਕ ਤੋਂ ਬਚ ਵੀ ਗਏ ਤਾਂ ਪਿੱਛੇ ਦੂਜੀ ਤੁਰੀ ਆਉਂਦੀ ਹੈ, ਜੇ ਉਸ ਲਹਿਰ ਦੇ ਨਾਲ ਵੀ ਬੇੜੀ ਡੁੱਬਣ ਤੋਂ ਬਚ ਗਈ ਹੈ ਤਾਂ ਪਿੱਛੇ ਤੀਸਰੀ ਤੁਰੀ ਆਉਂਦੀ ਹੈ ਅਤੇ ਮੁੱਕਦੀਆਂ ਹੀ ਨਹੀਂ। ਲੋਭ ਦੀ ਲਹਿਰ ਆਈ, ਆਪਣੇ 'ਤੇ ਕਹਿ ਲਓ ਕਿਰਪਾ ਸੀ ਸਾਧ ਸੰਗਤ ਦੀ, ਕੋਈ ਚੰਗਾ ਕੰਮ ਕੀਤਾ ਹੋਇਆ ਸੀ ਜਿਹੜਾ ਅੱਗੇ ਆ ਗਿਆ, ਇਨਸਾਨ ਲੋਭ ਤੋਂ ਬਚ ਗਿਆ, ਇੱਕ ਵਾਰ ਬਚ ਗਿਆ, ਅਗਲੇ ਦਿਨ ਫਿਰ ਮੌਕਾ ਮਿਲਿਆ ਲੋਭੀ ਹੋਣ ਦਾ, ਅਗਲੇ ਦਿਨ ਫਿਰ ਮੌਕਾ ਮਿਲਿਆ ਲੋਭੀ ਹੋਣ ਦਾ। ਇਹ ਲੋਭ ਦੀਆਂ ਲਹਿਰਾਂ ਲਗਾਤਾਰ ਤੁਰੀਆਂ ਆਉਣਗੀਆਂ। ਇੱਕ ਵਾਰ ਜਿਹੜਾ ਬਚ ਗਿਆ ਉਹ ਦੂਜੀ ਵਾਰ ਫਸ ਸਕਦਾ ਹੈ, ਜਿਹੜਾ ਦੂਜੀ ਵਾਰ ਬਚ ਗਿਆ ਉਹ ਤੀਜੀ ਵਾਰ ਫਸ ਸਕਦਾ। ਇਹ ਲੋਭ ਦੀਆਂ ਲਹਿਰਾਂ, ਇਹ ਕਾਮ ਕ੍ਰੋਧ ਦੀਆਂ ਲਹਿਰਾਂ, ਇਹ ਤਾਂ ਸਾਰੀ ਜ਼ਿੰਦਗੀ ਆਉਂਦੀਆਂ ਰਹਿਣੀਆਂ, ਤਾਂ ਇਹਨਾਂ ਤੋਂ ਕੌਣ ਬਚਾ ਸਕਦਾ। ਭਾਵ ਜਲ ਸੰਸਾਰ ਸਮੁੰਦਰ ਦੀ ਤਰ੍ਹਾਂ ਹੈ, ਕਾਮ ਕ੍ਰੋਧ ਦੀਆਂ ਲਹਿਰਾਂ ਹਨ, ਇਹਨਾਂ ਲਹਿਰਾਂ ਦੇ ਵਿੱਚ ਬੰਦਾ ਵਹਿ ਜਾਂਦਾ। ਜੇ ਇੱਕ ਅੱਧੀ ਵਾਰ ਬਚ ਵੀ ਜਾਵੇ, ਇੱਕ ਭਰਥਰੀ ਜੋਗੀ ਦਾ ਪ੍ਰਸੰਗ ਆਉਂਦਾ ਹੈ ਵੀ ਉਹਨੇ ਕੋਈ ਸਮਾਂ ਐਸਾ ਆਇਆ ਅਤੇ ਸਾਰਾ ਕੁਝ ਹੀ ਤਿਆਗ ਦਿੱਤਾ, ਘਰ ਮੰਦਰ ਮਹਿਲ ਖਜ਼ਾਨੇ ਹੀਰੇ ਮੋਤੀ ਸਭ ਛੱਡ ਕੇ ਅਤੇ ਜੋਗੀ ਹੋ ਗਿਆ। ਜਿਹੜਾ ਰਾਜਾ ਸੀ ਉਹਨੇ ਵਿਰਾਗ ਸ਼ਤਕ ਗ੍ਰੰਥ ਵੀ ਲਿਖਿਆ, ਇੱਕ ਭਰਥਰੀ ਜੋਗੀ ਦਾ ਮੰਨਿਆ ਜਾਂਦਾ। ਉਹ ਤੁਰਿਆ ਜਾਂਦਾ ਹੈ ਚੰਦਰਮਾ ਦੀ ਚਾਨਣੀ ਦੇ ਵਿੱਚ, ਉਹਨੂੰ ਨਜ਼ਰ ਆਇਆ ਵੀ ਸੜਕ ਦੇ ਉੱਤੇ ਰਸਤੇ ਦੇ ਵਿੱਚ ਅੱਗੇ ਇੱਕ ਲਾਲ ਪਿਆ, ਲਾਲ ਕੀਮਤੀ ਪੱਥਰ, ਲਾਲ ਰੰਗ ਦਾ, ਉਹਨੂੰ ਲਾਲ ਕਹਿੰਦੇ ਆ, ਹੀਰੇ ਮੂੰਗੇ ਮਾਣਕ ਮੋਤੀ ਨੀਲਮ ਜਵਾਹਰ ਪੰਨੇ ਕਈ ਕੁਛ ਹੁੰਦਾ। ਜਿਹੜਾ ਲਾਲ ਹੁੰਦਾ ਉਹਦਾ ਰੰਗ ਵੀ ਲਾਲ ਹੁੰਦਾ, ਹੀਰੇ ਲਾਲ ਆਪਾਂ ਸ਼ਬਦ ਸੁਣਦੇ ਵਰਤਦੇ ਹਾਂ। ਕਹਿੰਦੇ ਉਹਨੇ ਲਾਲ ਸਮਝ ਕੇ ਹੱਥ ਪਾਇਆ, ਕੁਰਲਾ ਉੱਠਿਆ ਪਛਤਾਇਆ, ਉਹ ਲਾਲ ਨਹੀਂ ਸੀ, ਕਿਸੇ ਨੇ ਪਾਨ ਖਾ ਕੇ ਪੀਕ ਥੁੱਕ ਜਿਹੜਾ ਹੈ ਸੁੱਟਿਆ ਹੋਇਆ ਸੀ। ਔਰ ਪਰਥਰੀ ਕਹਿੰਦਾ ਹੈ ਮਨ ਏਡਾ ਪਾਪੀ ਹੈ, ਗ੍ਰਹਿ ਮੰਦਰ ਮਹਿਲਾ ਤਜੇ ਅਰ ਸਖੀਅਨ ਕੇ ਸਾਥ, ਰੇ ਮਨ ਧੋਖੇ ਲਾਲ ਕੇ ਭਰੇ ਪੀਕ ਸੇ ਹਾਥ। ਕਹਿੰਦਾ ਲਾਲ ਦਾ ਧੋਖਾ ਖਾਧਾ ਹੈ ਅਤੇ ਮਨ ਨੇ ਏਡੇ ਪਾਪੀ ਨੇ, ਮੈਂ ਹੀਰੇ ਖਜ਼ਾਨੇ ਛੱਡ ਕੇ ਆਇਆ, ਮਹਿਲ ਮਾੜੀਆਂ ਛੱਡ ਕੇ ਆਇਆ, ਇੱਕ ਥੁੱਕੇ ਹੋਏ ਦੇ ਉੱਤੇ ਏਡੇ ਵੱਡੇ ਮੈਂ ਯੋਗ ਦਾ ਧਾਰਨੀ ਹਾਂ, ਤਾਂ ਮੈਂ ਆਪਣੇ ਹੱਥਾਂ ਨੂੰ ਗੰਦੇ ਕਰ ਲਿਆ, ਪਲੀਤ ਕਰ ਲਿਆ ਇੱਕ ਧੋਖੇ ਨਾਲ। ਲੋਭ ਦੀ ਲਹਿਰ ਇੱਕ ਆਈ ਬਚ ਗਏ, ਦੂਜੀ ਆਈ ਬਚਣ ਦੀ ਗਰੰਟੀ ਨਹੀਂ। ਗ੍ਰਹਿ ਮੰਦਰ ਮਹਿਲਾ ਤਜੇ ਅਰ ਸਖੀਅਨ ਕੇ ਸਾਥ, ਰੇ ਮਨ ਧੋਖੇ ਲਾਲ ਕੇ ਭਰੇ ਪੀਕ ਸੇ ਹਾਥ। ਲੋਭ ਲਹਿਰ ਅਤਨੀ ਜਰ ਬਾਜੈ ਕਾਇਆ ਡੂਬੈ ਕੇਸਵਾ। ਇੱਕ ਅੱਧੀ ਵਾਰ ਅਸੀਂ ਨਹੀਂ ਲਾਲਚ ਕੀਤਾ, ਬੜੇ ਦਾਨੀ ਬਣ ਗਏ, ਬੜੇ ਸਿਆਣੇ ਬਣ ਗਏ, ਪਰ ਕੀ ਪਤਾ ਜਿਹੜਾ ਬੰਦਾ ਲੱਖ ਰੁਪਈਆ ਦਾਨ ਕਰਕੇ ਆਇਆ ਉਹ ਕਿਸੇ ਦੇ ਪੰਜਾਂ ਰੁਪਈਆਂ 'ਤੇ ਬੇਈਮਾਨ ਹੋ ਜਾਵੇ, ਕੋਈ ਪਤਾ ਨਹੀਂ। ਗੁਰੂ ਜੀ ਨੇ ਕਿਹਾ ਇਹ ਲਹਿਰਾਂ ਨੇ, ਸੰਸਾਰ ਸਮੁੰਦਰ ਹੈ, ਭਵ ਜਲ ਹੈ, ਅਤੇ ਭਵ ਜਲ ਦੇ ਵਿੱਚੋਂ ਕੱਢੇਗਾ ਕੌਣ? ਭਵ ਜਲ 'ਤੇ ਕਾਢੋ ਪ੍ਰਭੂ, ਮਹਾਰਾਜ ਨੇ ਅਰਦਾਸ ਕਰਨੀ ਸਿਖਾਈ ਹੈ ਕਿ ਵਾਹਿਗੁਰੂ ਅੱਗੇ ਅਰਦਾਸ ਕਰਨੀ ਹੈ, ਨਾਨਕ ਤੇਰੀ ਟੇਕ, ਤੇਰੀ ਟੇਕ ਹੈ। ਅਸੀਂ ਮਨੁੱਖਾਂ ਦੀ ਟੇਕ ਲੈ ਲੈਂਦੇ ਹਾਂ, ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਉਹ ਵਿਚਾਰੇ ਆਪ ਫਸੇ ਹੁੰਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ, ਅਸੀਂ ਫਸੇ ਹਾਂ। ਇਸੇ 'ਚ ਹੀ ਉਹ ਫਸਿਆ ਹੋਵੇ ਜਿਹਨੂੰ ਅਸੀਂ ਮੱਥਾ ਟੇਕ ਰਹੇ ਹਾਂ, ਤਾਂ ਮਹਾਰਾਜ ਕਹਿੰਦੇ ਕੌਣ ਬਚਾਏਗਾ? ਜੋ ਡੁਬੰਦੋ ਆਪ ਸੋ ਤਰਾਏ ਕਿਨ ਖੇ, ਉਹ ਤਾਂ ਆਪ
ਉਲਝੇ ਪਏ ਨੇ ਕਾਮ ਕ੍ਰੋਧ ਦੀਆਂ ਲਾਲਸਾਵਾਂ ਦੇ ਵਿੱਚ, ਉਹਨਾਂ ਦੇ ਅੱਗੇ ਨੱਕ ਰਗੜ ਕੇ ਤੂੰ ਕੀ ਲੈ ਲਵੇਂਗਾ। ਜੋ ਡੁਬੰਦੋ ਆਪ ਸੋ ਤਰਾਏ ਕਿਨ ਖੇ, ਉਹ ਕਿਹਨੂੰ ਤਾਰੇਗਾ ਜਿਹੜਾ ਆਪ ਡੁੱਬਦਾ ਫਿਰਦਾ। ਜੋ ਡੁਬੰਦੋ ਆਪ ਸੋ ਤਰਾਏ ਕਿਨ ਖੇ, ਤਾਰਿੰਦੜੋ ਪੀ ਤਾਰ। ਨਾਨਕ ਉਹੀ ਤਾਰ ਸਕਦਾ ਹੈ ਜਿਹੜਾ ਆਪ ਤਰਿਆ ਹੋਇਆ। ਗੁਰੂ ਮਹਾਰਾਜ ਕਹਿੰਦੇ ਹਨ, ਵਾਹਿਗੁਰੂ ਅੱਗੇ ਅਰਦਾਸ ਕਰ, ਭਵ ਜਲ ਤੇ ਕਾਢੋ ਪ੍ਰਭੂ। ਉਹ ਪ੍ਰਭੂ ਦਾ ਨਾਮ ਹੀ ਹੈ ਜਿਹੜਾ ਤੈਨੂੰ ਕਾਮ ਕ੍ਰੋਧ ਦੇ ਭਾਵ ਜਲ ਚੋਂ, ਸੰਸਾਰ ਸਮੁੰਦਰ ਚੋਂ ਕੱਢ ਸਕਦਾ। ਪਰਮਾਤਮਾ ਦੇ ਨਾਮ ਦੀ ਕੀਮਤ ਵੀ ਉਹਨੂੰ ਪਤਾ ਲੱਗੇਗੀ ਜਿਹੜਾ ਇਹਦੇ ਚੋਂ ਨਿਕਲਣਾ ਚਾਹੁੰਦਾ। ਜਿਹੜਾ ਨਿਕਲਣਾ ਨਹੀਂ ਚਾਹੁੰਦਾ ਉਹਦੇ ਵਾਸਤੇ ਨਾਮ ਦੀ ਬਾਣੀ ਦੀ ਕੋਈ ਵੈਲਿਊ ਨਹੀਂ ਹੈ। ਸਾਧ ਸੰਗਤ ਜੀ, ਮੇਲਾ ਦੇਖਣ ਵਾਲੇ ਢੰਗ ਨਾਲ ਤਾਂ ਕੋਈ ਵੀ ਆ ਸਕਦਾ ਹੈ, ਪਰ ਗੁਰੂ ਕੋਲੋਂ ਗੁਰੂ ਦੀ ਸਿੱਖਿਆ ਲੈਣ ਵਾਸਤੇ ਸਿਰਫ ਉਹੀ ਬੰਦਾ ਆਉਂਦਾ ਹੈ ਜਿਹੜਾ ਇਸ ਭਵਜਲ ਚੋਂ ਨਿਕਲਣਾ ਚਾਹੁੰਦਾ। ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਇਹਨੂੰ ਇੱਕ ਬਿਮਾਰੀ ਵਜੋਂ, ਇੱਕ ਰੋਗ ਵਜੋਂ ਮੰਨਿਆ ਹੀ ਨਹੀਂ, ਤਾਂ ਇਹਦੇ ਤੋਂ ਛੁਟਕਾਰੇ ਦਾ ਰਸਤਾ ਲੱਭਾਂਗੇ ਕਿਉਂ? ਅਤੇ ਜੇ ਲੱਭਾਂਗੇ ਹੀ ਨਹੀਂ ਤਾਂ ਗੁਰੂ ਕੋਲ ਆਵਾਂਗੇ ਕਿਉਂ? ਸਭ ਤੋਂ ਪਹਿਲਾਂ ਮਨੁੱਖ ਨੂੰ ਸਮਝ ਆਵੇ ਵੀ ਸਾਰੀ ਦੁਨੀਆ ਕਾਮ ਕ੍ਰੋਧ ਕਾਇਆ ਕੌ ਗੱਲ ਹੈ। ਅਸੀਂ ਸਾਰੀ ਦੁਨੀਆ ਦੇ ਕਲੇਸ਼ ਨੂੰ ਲੱਭ ਲਓ, ਦੇਖ ਲਓ, ਅਤੇ ਉਹਦੇ ਪਿੱਛੇ ਜੜ੍ਹ ਨੂੰ ਦੇਖ ਲਓ, ਇਹਨਾਂ 'ਚੋਂ ਕੋਈ ਇੱਕ ਹੋਏਗਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦੁਆਇਤ ਚੁਗਲੀ ਨਿੰਦਿਆ, ਕੋਈ ਨਾ ਕੋਈ ਇੱਕ ਦਾ ਕਾਰਨ ਹੋਏਗਾ ਜਿਹਦੇ ਕਰਕੇ ਕੋਈ ਵੱਡਾ ਮਸਲਾ, ਕੋਈ ਸਮੱਸਿਆ ਛਿੜਦੀ ਹੈ। ਸੰਸਾਰ ਦੇ ਅੰਦਰ ਅਸੀਂ ਇੰਨੀ ਵਿੱਦਿਆ ਪੜ੍ਹਦੇ ਹਾਂ, ਇੰਨੀ ਵਿੱਦਿਆ ਪੜ੍ਹਦੇ ਹਾਂ, ਉਸ ਵਿੱਦਿਆ ਦੇ ਵਿੱਚ ਮਨੁੱਖ ਦੇ ਲਈ ਨੈਤਿਕ ਵਿੱਦਿਆ, ਨੈਤਿਕ ਸਿੱਖਿਆ ਜਿਹੜੀ ਉਹ ਬਿਲਕੁਲ ਨਹੀਂ ਹੁੰਦੀ ਜਾਂ ਨਾਮ ਮਾਤਰ ਹੁੰਦੀ ਹੈ। ਗੁਰੂ ਸਾਹਿਬਾਨ ਨੇ ਬੰਦੇ ਨੂੰ ਇਹ ਸਿਖਾਇਆ ਹੈ ਕਿ ਸਭ ਤੋਂ ਪਹਿਲਾਂ ਆਪਣੀਆਂ ਇੱਛਾਵਾਂ 'ਤੇ, ਲੋਭ ਲਾਲਚ 'ਤੇ ਕਾਬੂ ਪਾ। ਜੇ ਸਾਰੀ ਦੁਨੀਆ ਆਪਦੇ ਲੋਭ ਲਾਲਚ 'ਤੇ ਕਾਬੂ ਪਾ ਲਵੇ ਤਾਂ ਸਾਰੀ ਦੁਨੀਆ ਦੇ ਸਾਰੇ ਕਲੇਸ਼ ਖਤਮ ਹੋ ਜਾਣਗੇ। ਕਿਉਂ ਹੁੰਦੇ ਨੇ? ਕਿਸੇ ਦਾ ਕਾਮ, ਕਿਸੇ ਦਾ ਕ੍ਰੋਧ, ਕਿਸੇ ਦਾ ਲੋਭ, ਕਿਸੇ ਦਾ ਮੋਹ, ਕਿਸੇ ਦਾ ਹੰਕਾਰ ਬਾਕੀ ਦੁਨੀਆ ਲਈ ਸਮੱਸਿਆ ਬਣ ਜਾਂਦਾ। ਸਾਰੀਆਂ ਸਮੱਸਿਆਵਾਂ ਦੇ ਪਿੱਛੇ ਇਹ ਨੇ। ਇਸੇ ਲਈ ਗੁਰੂ ਸਾਹਿਬ ਨੇ ਇਹਨਾਂ ਦਾ ਜ਼ਿਕਰ ਸਭ ਤੋਂ ਜ਼ਿਆਦਾ ਕੀਤਾ। ਗੁਰੂ ਗ੍ਰੰਥ ਸਾਹਿਬ 'ਚ ਕਿਸੇ ਬੰਦੇ ਦਾ ਨਾਮ ਨਹੀਂ ਲਿਖਿਆ ਹੋਇਆ ਵੀ ਕਿਹੜੇ ਬੰਦੇ ਨੇ ਕਿਹੜੀ ਗਲਤੀ ਕੀਤੀ। ਮਹਾਰਾਜ ਨੇ ਸਿਰਫ ਆਤਮਾ ਦੇ ਤਲ 'ਤੇ ਇੱਕ ਮਨ ਨੂੰ ਸੰਬੋਧਨ ਕਰਕੇ, ਕਿਉਂਕਿ ਹਰ ਇੱਕ ਦੇ ਅੰਦਰ ਮਨ ਹੈ ਅਤੇ ਸਾਰਿਆਂ ਦਾ ਹੀ ਨਾਮ ਕਹਿ ਲਓ ਵਿੱਚ ਆ ਗਿਆ, ਹਰ ਬੰਦਾ ਆਪਣੇ ਅੰਦਰ ਆਪੇ ਹੀ ਝਾਤੀ ਮਾਰ ਲਏ ਮੈਂ ਕਿੱਥੇ ਖੜ੍ਹਾਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਬੰਦਾ ਆਪਣੇ ਆਪ ਨੂੰ ਮਹਿਸੂਸ ਕਰੇ ਔਰ ਵਾਹਿਗੁਰੂ ਅੱਗੇ ਅਰਦਾਸ ਕਰੇ, ਹਰ ਦਇਆ ਪ੍ਰਭ ਤਾਰੋ ਪਾਖਣ ਹਮ ਤਾਰੋ। ਮਹਾਰਾਜ ਦਇਆ ਕਰੋ, ਅਸੀਂ ਤਾਂ ਪੱਥਰ ਹਾਂ, ਸਾਨੂੰ ਤਾਰ ਲਓ। ਹਰ ਦਇਆ ਪ੍ਰਭ ਤਾਰੋ ਪਾਖਣ ਹਮ ਤਾਰੋ, ਅਸੀਂ ਪੱਥਰ ਹਾਂ, ਸਾਨੂੰ ਤਾਰ ਲਓ। ਅਸੀਂ ਤਾਂ ਡੁੱਬ ਜਾਵਾਂਗੇ ਲੋਭ ਦੇ ਵਿੱਚ, ਕਾਮ ਕ੍ਰੋਧ ਮੋਹ ਹੰਕਾਰ ਦੇ ਵਿੱਚ ਅਸੀਂ ਡੁੱਬ ਜਾਣਾ, ਸਾਨੂੰ ਨਹੀਂ ਪਤਾ ਇਹਨਾਂ ਤੋਂ ਕਿਵੇਂ ਬਚਣਾ। ਅਸੀਂ ਕਾਮ ਵੱਸ ਹੋਏ ਹਾਂ, ਅਸੀਂ ਲੋਭ ਵੱਸ ਹੋਏ ਹਾਂ, ਅਸੀਂ ਹੰਕਾਰ ਦੇ ਵੱਸ ਵਿੱਚ ਹਾਂ, ਇਹਨਾਂ ਤੋਂ ਬਚਣ ਦੀ ਜਾਚ ਸਾਨੂੰ ਹੈ ਨਹੀਂ। ਅਸੀਂ ਤਾਂ ਜਿਵੇਂ ਪਾਣੀ 'ਚ ਪੱਥਰ ਪਿਆ ਅਤੇ ਪੈਂਦੇ ਹੀ ਡੁੱਬ ਗਿਆ। ਭਾਈ ਨੰਦ ਲਾਲ ਜੀ ਨੂੰ ਮਹਾਰਾਜ ਨੇ ਪੁੱਛਿਆ, ਬਾਕੀ ਸਿੱਖਾਂ ਨੂੰ ਵੀ ਪੁੱਛਿਆ, ਪੱਥਰ ਹੱਥ ਵਿੱਚ ਸੀ, ਦਰਿਆ ਸਤਲੁਜ ਦੇ ਵਿੱਚ ਸੁੱਟਿਆ, ਉਹ ਡੁੱਬ ਗਿਆ। ਮਹਾਰਾਜ ਕਹਿੰਦੇ, ਕਿਵੇਂ ਡੁੱਬ ਗਿਆ, ਕਿਉਂ ਡੁੱਬ ਗਿਆ?
ਕਿਸੇ ਨੇ ਕਿਹਾ ਜੀ ਪਾਣੀ ਹਲਕਾ ਹੈ, ਪੱਥਰ ਭਾਰਾ ਹੈ ਤਾਂ ਡੁੱਬ ਗਿਆ। ਭਾਈ ਨੰਦ ਲਾਲ ਜੀ ਕਹਿੰਦੇ ਮਹਾਰਾਜ ਮੈਨੂੰ ਇੱਕੋ ਗੱਲ ਦਾ ਪਤਾ ਹੈ ਕਿ ਜਿਹੜਾ ਤੁਹਾਡੇ ਹੱਥੋਂ ਗਿਆ ਉਹ ਡੁੱਬੇਗਾ ਹੀ ਡੁੱਬੇਗਾ, ਜਿਹੜਾ ਤੁਹਾਡੇ ਹੱਥ 'ਚ ਰਹੇਗਾ ਉਹ ਨਹੀਂ ਡੁੱਬਦਾ। ਮੁੱਕਦੀ ਗੱਲ ਇਹ ਕਿ ਅਸੀਂ ਪੱਥਰ ਹੀ ਹਾਂ, ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਭਾਵ ਜਲ ਵਿੱਚ ਡੁੱਬਣ ਤੋਂ ਬਚ ਨਹੀਂ ਸਕਦੇ। ਜੇ ਵਾਹਿਗੁਰੂ ਬਚਾਵੇ ਫਿਰ ਬਚ ਸਕਦੇ ਹਾਂ। ਹਰ ਦਇਆ ਪ੍ਰਭ ਤਾਰੋ ਪਾਖਣ ਹਮ ਤਾਰੋ ਕੱਢ ਲੇਵੋ ਸ਼ਬਦ ਸੋ ਪਾਏ ਜੀਓ। ਸਾਡਾ ਕਿਤੇ ਸ਼ਬਦ ਨਾਲ ਪਿਆਰ ਬਣ ਜੇ, ਸ਼ਬਦ ਸੋ ਪਾਏ, ਭਾਏ ਹੁੰਦਾ ਪ੍ਰੇਮ, ਸੋ ਪਾਏ ਇਹ ਸੱਚਾ ਅਤੇ ਸੋਹਣਾ ਪਿਆਰ ਜੋ ਸ਼ਬਦ ਦਾ ਪਿਆਰ ਹੈ। ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸ਼ਬਦ ਦੇ ਵਿੱਚ ਸਾਡਾ ਪਿਆਰ ਬਣਾ ਦਿਓ ਮਹਾਰਾਜ, ਅਤੇ ਸਾਨੂੰ ਇਤਨੋਂ ਇਹਦੇ 'ਚੋਂ ਕੱਢ ਲਓ। ਹਰ ਦਇਆ ਪ੍ਰਭ ਤਾਰੋ ਪਾਖਣ ਹਮ ਤਾਰੋ ਕੱਢ ਲੇ ਉਹ ਸ਼ਬਦ ਸੋ ਪਾਏ ਜੀਓ। ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ। ਅਸੀਂ ਮੋਹ ਦੇ ਦਲਦਲ 'ਚ ਫਸੇ ਹਾਂ, ਮੋਹ ਦੇ ਚਿੱਕੜ 'ਚ ਫਸੇ ਹਾਂ, ਇਹੋ ਜਿਹੇ ਫਸੇ ਹਾਂ ਵੀ ਥਾਂ ਨੂੰ ਗਰਕਦੇ ਜਾਂਦੇ ਹਾਂ। ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ ਹਰ ਬਾਹ ਪ੍ਰਭੂ ਪਕੜਾਏ ਜੀਓ। ਹੇ ਵਾਹਿਗੁਰੂ ਜੀ, ਤੁਸੀਂ ਆਪਣੀ ਬਾਂਹ ਫੜਾਓ ਅਤੇ ਸਾਨੂੰ ਇਸ ਭਵਜਲ ਦੇ ਵਿੱਚੋਂ ਕੱਢ ਲਵੋ। ਅਸੀਂ ਬਸ ਖਾਣਾ ਪੀਣਾ ਹੀ ਜਾਣਦੇ ਹਾਂ, ਕਿਤੇ ਧਾਰਮਿਕ ਸਮਾਗਮ 'ਤੇ ਵੀ ਚਲੇ ਜਾਈਏ ਉੱਥੇ ਹੀ ਪੁੱਛੀਦਾ ਵੀ ਇੱਧਰ ਕੀ ਬਣਿਆ, ਇੱਧਰ ਕੀ ਬਣਿਆ, ਇੱਥੇ ਸਟਾਲ ਤੋਂ ਕੀ ਮਿਲਦਾ, ਉੱਧਰੋਂ ਕੀ ਮਿਲਦਾ, ਤੁਸੀਂ ਕੀ ਖਾਏ, ਅਸੀਂ ਕੀ ਖਾਏ। ਅਸੀਂ ਜੋੜ ਮੇਲਿਆਂ 'ਤੇ ਵੀ ਇਹੋ ਜਿਹੀਆਂ ਗੱਲਾਂ ਕਰਦੇ ਮੁੜ ਆਉਂਦੇ ਹਾਂ। ਖਾਣਾ ਪੀਣਾ ਹੀ ਜ਼ਿੰਦਗੀ ਦਾ ਆਧਾਰ ਰਹਿ ਗਿਆ। ਕੀ ਸਿਰਫ ਖਾਣਾ ਪੀਣਾ ਹੀ ਜ਼ਿੰਦਗੀ ਹੈ? ਗੱਡੀ ਦੇ ਵਿੱਚ ਪੈਟਰੋਲ ਡੀਜ਼ਲ ਬਲੀ ਜਾਵੇ ਅਤੇ ਗੱਡੀ ਤੁਰੇ ਨਾ, ਇੱਕੇ ਥਾਂ ਖਲੋਤੀ ਗੱਡੀ ਦੇ ਵਿੱਚ ਤੁਸੀਂ 100 ਲੀਟਰ ਤੇਲ ਫੂਕ ਦਿਓ ਅਤੇ ਗੱਡੀ ਪਹੁੰਚੇ ਕਿਤੇ ਵੀ ਨਾ, ਉਹਨੂੰ ਗੱਡੀ ਦਾ ਚੱਲਣਾ ਨਹੀਂ ਕਹਿੰਦੇ। ਗੱਡੀ ਦਾ ਚੱਲਣਾ ਇਹ ਹੈ ਕਿ ਉਹ ਕੁਝ ਨਾ ਕੁਝ ਅੱਗੇ ਵੀ ਤੁਰੇ। ਖਾਣਾ ਪੀਣਾ ਹੀ ਜ਼ਿੰਦਗੀ ਹੈ ਤਾਂ ਫਿਰ ਸਮਝ ਲਓ ਇੱਕ ਪਸ਼ੂ ਵਾਲੀ ਜ਼ਿੰਦਗੀ ਹੈ। ਪਰ ਜੇ ਕੋਈ ਮਕਸਦ ਵੀ ਹੈ ਜ਼ਿੰਦਗੀ ਦਾ, ਫਿਰ ਉਹ ਜ਼ਿੰਦਗੀ ਜਿਹੜੀ ਹੈ ਉਹ ਪਵਿੱਤਰ ਹੋਏਗੀ। ਮਹਾਰਾਜ ਨੇ ਮਕਸਦ ਦਿੱਤਾ ਹੈ, ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ। ਜੇ ਮਕਸਦ ਹੀ ਕੋਈ ਨਹੀਂ ਫਿਰ ਤਾਂ ਖਲੋਤੀਆਂ ਗੱਡੀਆਂ ਤੇਲ ਫੂਕ ਰਹੀਆਂ। ਮਹਾਰਾਜ ਕਹਿੰਦੇ ਤੇਲੀ ਦਾ ਬੈਲ ਹੈ, ਤੁਰਿਆ ਬਹੁਤ ਪਹੁੰਚਿਆ ਕਿਤੇ ਨਹੀਂ। ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ ਨੈਣ ਉਗਰਤ ਵਾਹੀ ਠਾਉਂ ਹੀ ਠਿਕਾਣੋ ਹੈ। ਖਾਂਦਿਆਂ ਖਾਂਦਿਆਂ ਤਾਂ ਮੂੰਹ ਘਸ ਜਾਂਦਾ, ਖਾਂਦਿਆਂ ਖਾਂਦਿਆਂ ਮੂੰਹ ਘਾਠਾ ਪੈ ਨੰਦਿਆਂ ਸਭ ਅੰਗ। ਸਰੀਰ ਦੇ ਅੰਗ ਘਸ ਜਾਂਦੇ ਆ। ਜਵਾਨੀ ਵੇਲੇ ਜਿਹੜੇ ਕੱਪੜੇ ਫਸ ਕੇ ਆਉਂਦੇ ਸੀ ਬੁੱਢੇ ਵਾਰੇ, ਉਹ ਕੱਪੜੇ ਪਾਏ ਹੋਏ ਐਂ ਲੱਗਣਗੇ ਜਿਵੇਂ ਐਂ ਕਹਿ ਲਓ ਵੀ ਡੰਡੇ ਦੇ ਉੱਤੇ ਸੂਟ ਪਾਇਆ ਹੋਇਆ, ਕੱਪੜਾ ਪਾਇਆ ਹੋਇਆ, ਸਰੀਰ ਸੁੱਕ ਜਾਂਦਾ। ਜਵਾਨੀ ਵੇਲੇ ਜਿਹੜੇ ਕੱਪੜੇ ਬੜੇ ਫਸ ਫਸ ਕੇ ਆਉਂਦੇ ਸੀ ਹੁਣ ਨਹੀਂ ਆਉਂਦੇ, ਹੁਣ ਤਾਂ ਬੜੇ ਖੁੱਲ੍ਹੇ ਲੱਗਦੇ ਨੇ, ਸਰੀਰ ਹੀ ਘਸ ਗਿਆ। ਖਾਂਦਿਆਂ ਖਾਂਦਿਆਂ ਮੂੰਹ ਘਾਠਾ ਪੈ ਨੰਦਿਆਂ ਸਭ ਅੰਗ। ਨਾਨਕ ਤ੍ਰਿਗ ਤਿਨਾਂ ਦਾ ਜੀਵਿਆ ਜੇ ਸੱਚ ਨਾ ਲੱਗੋ ਰੰਗ। ਸੱਚ ਨਾਲ ਪਿਆਰ ਅਜੇ ਵੀ ਨਹੀਂ ਲੱਗਾ। ਫਰੀਦਾ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਪੀ ਪਲੀਆਂ, ਰੇ ਮਨ ਗਹਿਲੇ ਬਾਵਲੇ ਮਾਣੇ ਕਿਆ ਰਲੀਆਂ। ਅਜੇ ਵੀ ਤੇਰਾ ਧਿਆਨ ਰੱਬ ਵਾਲੇ ਪਾਸੇ ਆਇਆ ਨਹੀਂ। ਦੇਖ ਫਰੀਦਾ ਜੇਥੀਆ, ਦਾੜੀ ਹੋਈ ਪੂਰ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਦੇਖ ਫਰੀਦਾ ਜੇਥੀਆ, ਸ਼ੱਕਰ ਹੋਈ ਵਿਸ, ਸਾਈਂ ਬਾਝੋਂ ਆਪਣੇ ਵੇਦਣ ਕਹੀਏ ਕਿਸ।
ਕੌਣ ਹੈ ਜੋ ਹੋਰ ਸੁਣੇਗਾ ਆਪਣੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਹਨੂੰ ਯਾਦ ਕਰੀਏ ਉਹਦੇ ਅੱਗੇ ਅਰਦਾਸ ਕਰੀਏ ਭਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਅੱਜ ਦੇ ਸ਼ਬਦ ਵਿੱਚ ਮਹਾਰਾਜ ਨੇ ਜਿਹੜਾ ਦੋ ਪੰਕਤੀਆਂ ਦਾ ਸਲੋਕ ਉਚਾਰਿਆ ਉਹਦੇ ਵਿੱਚ ਪਹਿਲੀ ਗੱਲ ਹੀ ਇਹ ਕੀਤੀ ਹੈ ਵੀ ਸਾਨੂੰ ਖਾਣ ਪੀਣ ਤੋਂ ਬਿਨਾਂ ਕੱਖ ਨਹੀਂ ਪਤਾ ਸਾਨੂੰ ਲੱਗਦਾ ਵੀ ਜ਼ਿੰਦਗੀ ਇਹੋ ਹੀ ਆ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਅਸੀਂ ਬੜੇ ਜਨਮ ਇਸੇ 'ਚ ਭਟਕਦੇ ਆਏ ਹਾਂ ਕੱਲ੍ਹ ਬੇਨਤੀ ਕੀਤੀ ਸੀ ਸੁਖਮਨੀ ਸਾਹਿਬ ਦਾ ਉਹ ਵਾਕ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ ਇਹੂ ਜੁਗਤ ਬਿਹਾਨੇ ਕਈ ਜਨਮ ਵੀ ਸਾਡਾ ਤਾਂ ਇਹੀ ਹਾਲ ਹੈ ਕਈ ਜਨਮਾਂ ਤੋਂ ਇਹੀ ਹਾਲ ਹੈ ਸਾਨੂੰ ਇਹੋ ਕੁਛ ਹੀ ਆਉਂਦਾ ਇਹੂ ਜੁਗਤ ਬਿਹਾਨੇ ਕਈ ਜਨਮ ਅਤੇ ਕੌਣ ਬਚਾਊਗਾ ਨਾਨਕ ਰਾਖ ਲਿਹੋ ਆਪਣ ਕਰ ਕਰਮ ਵਾਹਿਗੁਰੂ ਤੂੰ ਹੀ ਆਪਣੀ ਕਿਰਪਾ ਕਰ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਅੱਗੇ ਇਹ ਪੌੜੀ ਆ ਜਾਂਦੀ ਇਹ ਸੁਖਮਨੀ ਸਾਹਿਬ ਜੀ ਦੀ ਸੱਤਵੀਂ ਪੌੜੀ ਅਤੇ ਅੱਗੇ ਅੱਠਵੀਂ ਆ ਗਈ ਇਹ ਤੂੰ ਠਾਕੁਰ ਤੁਮ ਪਹਿ ਅਰਦਾਸ ਵਾਲੀ ਚੌਥੀ ਅਸ਼ਟਪਦੀ ਵਿੱਚ ਹੈ ਮਹਾਰਾਜ ਕਹਿੰਦੇ ਹਨ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਸਾਨੂੰ ਤੇਰਾ ਹੀ ਆਸਰਾ ਹੈ ਦੁਨੀਆ ਦੇ ਆਸਰੇ ਲੈ ਕੇ ਵੇਖ ਲਏ ਜਿਹਦਾ ਆਸਰਾ ਲੈਂਦੇ ਹਾਂ ਉਹ ਸਾਡੇ ਤੋਂ ਜ਼ਿਆਦਾ ਕਾਮ ਕ੍ਰੋਧ 'ਚ ਫਸਿਆ ਹੁੰਦਾ ਮਹਾਰਾਜ ਫਰਮਾਉਂਦੇ ਹਨ ਜਿਹੜਾ ਆਪ ਵਿਚਾਰਾ ਅਜੇ ਕਿਸੇ ਪਾਸੇ ਨਹੀਂ ਲੱਗਾ ਉਹ ਤੁਹਾਨੂੰ ਕਿਵੇਂ ਲਾਏਗਾ ਉਹਦੇ ਨਾਲ ਜੁੜੀਏ ਜਿਹੜਾ ਇਹਦੇ 'ਚੋਂ ਕੱਢ ਸਕਦਾ ਅਤੇ ਉਹ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਹੇ ਅਕਾਲ ਪੁਰਖ ਵਾਹਿਗੁਰੂ ਸਾਨੂੰ ਤੇਰਾ ਹੀ ਆਸਰਾ ਹੈ ਪੌੜੀ ਖੇਲਤ ਖੇਲਤ ਆਇਓ ਅਨਿਕ ਜੋਨ ਦੁੱਖ ਪਾਏ ਇਹ ਜੀਵ ਖੇਡਦਾ ਖੇਡਦਾ ਆਇਆ ਤੇ ਇਹ ਅਨੇਕਾਂ ਜੂਨਾਂ ਦੇ ਵਿੱਚ ਦੁੱਖ ਪਾਉਂਦਾ ਆਇਆ ਖੇਡ ਜਿਹੜੀ ਹੁੰਦੀ ਹੈ ਬੜੀ ਪਿਆਰੀ ਹੁੰਦੀ ਹੈ ਕੋਈ ਬੱਚਾ ਖੇਡਦਾ ਹੋਵੇ ਨਾ ਉਹ ਘਰ ਜਾਣਾ ਭੁੱਲ ਜਾਂਦਾ ਖੇਡਦਾ ਹੋਵੇ ਬੱਚਾ ਉਹਨੂੰ ਸੜਕ 'ਤੇ ਆਉਂਦੀ ਬੱਸ ਗੱਡੀ ਦਾ ਪਤਾ ਨਹੀਂ ਲੱਗਦਾ ਕੋਈ ਗੱਡੀ ਤੇਜ਼ ਰਫ਼ਤਾਰ ਟਰੱਕ ਆਉਂਦਾ ਬੱਚਾ ਖੇਡਦਾ ਹੋਇਆ ਮਾਂ ਪਿਓ ਨੂੰ ਧਿਆਨ ਰੱਖਣਾ ਪੈਂਦਾ ਬੱਚੇ ਨੂੰ ਕੋਈ ਪਤਾ ਨਹੀਂ ਖੇਡਦਾ ਖੇਡਦਾ ਉਹ ਕਿਹਦੇ ਨੂੰ ਲੰਘ ਜੇ ਅਸੀਂ ਧਿਆਨ ਰੱਖਦੇ ਹਾਂ ਵੀ ਭਾਈ ਇੱਥੇ ਸੜਕ ਹੈ ਇੱਥੇ ਨਦੀ ਹੈ ਇੱਥੇ ਜੰਗਲ ਹੈ ਖੇਡ ਇੰਨੀ ਪਿਆਰੀ ਹੈ ਕਿ ਖੇਡਦਾ ਹੋਇਆ ਕੋਈ ਘਰੋਂ ਸਮਾਨ ਲੈਣ ਗਿਆ ਸੌਦਾ ਲੈਣ ਗਿਆ ਉੱਥੇ ਬਾਜ਼ਾਰ 'ਚ ਖੇਡੇ ਲੱਗ ਜੇ ਕਿਤੇ ਕੋਈ ਤਮਾਸ਼ਾ ਹੁੰਦਾ ਬੰਦਾ ਉਹ ਦੇਖਣ ਲੱਗ ਜੇ ਅਸੀਂ ਮੋਬਾਈਲ ਵੀ ਸਾਡੀ ਖੇਡ ਹੈ ਅਸੀਂ ਮੋਬਾਈਲ ਫੜ ਕੇ ਬੈਠਦੇ ਹਾਂ 5 ਮਿੰਟ ਲਈ ਮੋਬਾਈਲ ਫੜ ਕੇ ਬੈਠਾਂਗੇ ਤਾਂ ਸਾਨੂੰ ਪਤਾ ਹੀ ਨਹੀਂ ਲੱਗਣਾ ਵੀ ਕਦੋਂ ਸਾਡੇ 2-2.5 ਘੰਟੇ ਖਰਾਬ ਹੋ ਗਏ ਸਾਧ ਸੰਗਤ ਜੀ ਇਹ ਖੇਡਾਂ ਨੇ ਅਤੇ ਖੇਡਾਂ ਅਣਗਿਣਤ ਨੇ ਅਕਾਲ ਪੁਰਖ ਵਾਹਿਗੁਰੂ ਨੇ ਬੰਦੇ ਦੇ ਵਾਸਤੇ ਇੰਨਾ ਕੁਝ ਬਣਾਤਾ ਹੈ ਕਿ ਇਨਸਾਨ ਦੀਆਂ ਅੱਖਾਂ ਥੱਕ ਜਾਣਗੀਆਂ ਉਹ ਮੁੱਕੇਗਾ ਨਹੀਂ ਅੱਖੀਂ ਵੇਖ ਨਾ ਰੱਜੀਆਂ ਬਹੁਰੰਗ ਤਮਾਸ਼ੇ ਬੰਦੇ ਨੂੰ ਯਾਦ ਹੀ ਨਹੀਂ ਮੇਰਾ ਮਕਸਦ ਕੀ ਮੈਂ ਕਾਹਦੇ ਆਪਣੀ ਜ਼ਿੰਦਗੀ ਦੇ ਬੜੇ ਬੜੇ ਜ਼ਰੂਰੀ ਕੰਮ ਛੱਡੀ ਬੈਠੇ ਹਾਂ ਆਪਾਂ ਇਕੱਲੇ ਨਿਆਣਿਆਂ ਨੂੰ ਕਹਿ ਦਿੰਦੇ ਵੀ ਬੱਚੇ ਖੇਡਦੇ ਨੇ ਖੇਡ 'ਚ ਮਸਤ ਹੋ ਗਏ ਨਹੀਂ ਆਪਾਂ ਵੱਡੇ ਕਿਹੜਾ ਘੱਟ ਹਾਂ ਇਹ ਵੀ ਖੇਡਾਂ ਨੇ ਮੋਬਾਈਲ ਇੱਕ ਤਰ੍ਹਾਂ ਦੀ ਖੇਡ ਬਣ ਗਿਆ ਹੋਰ ਰੰਗ ਤਮਾਸ਼ੇ ਸਾਡੀ ਜ਼ਿੰਦਗੀ ਦੇ ਕਿੰਨੇ ਨੇ ਸਾਨੂੰ ਰਹਿ ਰਾਸ ਦਾ ਸਮਾਂ ਯਾਦ ਨਹੀਂ ਸਾਨੂੰ ਅੰਮ੍ਰਿਤ ਵੇਲੇ ਦੇ ਨਿਤਨੇਮ ਦਾ ਸਮਾਂ ਯਾਦ ਨਹੀਂ ਸਾਨੂੰ ਗੁਰਦੁਆਰੇ ਜਾਣਾ ਯਾਦ ਨਹੀਂ ਜੇ ਚਲੇ ਗਏ ਉੱਥੇ ਬੈਠਣਾ ਯਾਦ ਨਹੀਂ
ਸਾਧ ਸੰਗਤ ਜੀ, ਦੋ ਹੀ ਚੀਜ਼ਾਂ ਹੁੰਦੀਆਂ, ਇੱਕ ਹੁੰਦਾ ਮਨ ਸਮਝਾਵਨ, ਇੱਕ ਹੁੰਦਾ ਮਨ ਪਰਚਾਵਨ। ਮਨ ਪਰਚਾਵਨ ਕਹਿੰਦਾ ਵੀ ਚੱਲ ਬਾਹਰ ਮੇਲਾ ਦੇਖੀਏ, ਮਨ ਸਮਝਾਵਨ ਕਹਿੰਦਾ ਵੀ ਦੋ ਘੜੀਆਂ ਗੁਰੂ ਦੀ ਗੱਲ ਸੁਣ ਲਈਏ, ਕੁਝ ਪੱਲੇ ਪੈ ਜਾਏਗਾ ਅਤੇ ਜ਼ਿੰਦਗੀ 'ਚ ਕੰਮ ਆਏਗਾ। ਗੁਰੂ ਮਹਾਰਾਜ ਫਰਮਾਉਂਦੇ ਨੇ, ਕਿਣਕਾ ਇੱਕ ਜਿਸ ਜੀ ਵਸਾਵੈ, ਵੀ ਕਿਣਕਾ ਮਾਤਰ ਵੀ ਜੇ ਗੱਲ ਚਿੱਤ 'ਚ ਵੱਸ ਗਈ, ਪਤਾ ਨਹੀਂ ਜ਼ਿੰਦਗੀ 'ਚ ਉਹਨੇ ਕਿੱਥੇ ਕੰਮ ਆ ਜਾਣਾ। ਗੁਰੂ ਦੀ ਹਰ ਗੱਲ ਕੰਮ ਦੀ ਹੈ, ਜੋ ਗੁਰ ਦੀਆ ਸੋ ਮਨ ਕਹਿ ਕਾਮ, ਜੋ ਵੀ ਗੁਰੂ ਨੇ ਬਖਸ਼ਿਆ ਉਹ ਮਨ ਦੇ ਸਾਡੇ ਕਿਤੇ ਨਾ ਕਿਤੇ ਕੰਮ ਆਉਣ ਵਾਲਾ। ਸਿਆਣਿਆਂ ਨੇ ਕਹਾਣੀਆਂ ਬਣਾਈਆਂ ਨੇ ਵੀ ਬੰਦਾ ਕਹਾਣੀਆਂ ਤੋਂ ਸਿੱਖ ਲਏ। ਕਹਿੰਦੇ ਕੋਈ ਸਾਧੂ ਮਹਾਤਮਾ ਕਥਾ ਕਰਦਾ ਸੀ, ਉਹਨੇ ਕਹਾਣੀ ਇਹ ਬਣਾਈ, ਉਹਨੇ ਗਾਥਾ ਸੁਣਾਈ ਕਿ ਜਿਹੜੇ ਪ੍ਰੇਤ ਹੁੰਦੇ ਨੇ, ਭੂਤ ਹੁੰਦੇ ਨੇ, ਉਹਨਾਂ ਦੇ ਪਰਛਾਵੇਂ ਨਹੀਂ ਹੁੰਦੇ। ਕੋਈ ਚੋਰ ਚੋਰੀ ਕਰਨ ਜਾ ਰਿਹਾ ਸੀ, ਉਹਨੇ ਕੰਨਾਂ 'ਚ ਉਹਦੀ ਆਵਾਜ਼ ਪੈ ਗਈ, ਉਹਨੇ ਗੱਲ ਸੁਣ ਲਈ ਵੀ ਭੂਤਾਂ ਦੇ ਪਰਛਾਵੇਂ ਨਹੀਂ ਹੁੰਦੇ। ਲਓ ਜੀ, ਕਹਿੰਦੇ ਉਹ ਫੜਿਆ ਜਾਂਦਾ, ਉਹਨੂੰ ਰਾਜੇ ਦੇ ਸਿਪਾਹੀ ਤਾੜਨਾ ਕਰਦੇ ਨੇ, ਮਨਾਉਂਦੇ ਨੇ ਕਿਤੇ ਕਿ ਤੂੰ ਮੰਨ ਜਾ। ਉਹਦੇ 'ਤੇ ਸ਼ੱਕ ਹੁੰਦਾ, ਉਹਨੂੰ ਡਰਾਉਣ ਵਾਸਤੇ ਕਿਸੇ ਨੂੰ ਪ੍ਰੇਤ ਬਣਾ ਕੇ ਭੇਜ ਦਿੰਦੇ ਨੇ ਕਿ ਲੈ ਬਈ ਤੈਨੂੰ ਹੁਣ ਪ੍ਰੇਤ ਤੋਂ ਡਰਾ ਕੇ ਵੀ ਤੂੰ ਚੋਰੀ ਕੀਤੀ ਹੈ, ਤੈਨੂੰ ਸਜ਼ਾ ਦੇਂਗੇ। ਉਹ ਦੇਖਦਾ ਵੀ ਇਹਦਾ ਤਾਂ ਪਰਛਾਵਾਂ ਹੈਗਾ, ਇਹ ਤਾਂ ਕੋਈ ਬੰਦਾ ਹੀ ਭੂਤ ਬਣ ਕੇ ਆਇਆ ਹੋਇਆ, ਰਾਜੇ ਦਾ ਸਿਪਾਹੀ ਹੈ। ਉਹਨੇ ਉੱਥੋਂ ਹਿਸਾਬ ਜਿਹਾ ਲਾ ਲਿਆ ਵੀ ਇਹਦਾ ਤਾਂ ਪਰਛਾਵਾਂ ਹੈਗਾ, ਇਹਦਾ ਮਤਲਬ ਇਹ ਭੂਤ ਨਹੀਂ, ਇਹ ਕੋਈ ਬੰਦਾ ਹੀ ਹੋਣਾ। ਉਹਨੇ ਉਹਨੂੰ ਵੀ ਕਿਹਾ ਵੀ ਮੈਂ ਚੋਰੀ ਨਹੀਂ ਕੀਤੀ ਜੀ, ਮੇਰਾ ਊਂ ਨਾਂ ਲੱਗਦਾ। ਉਹਨਾਂ ਨੇ ਛੱਡ ਦਿੱਤਾ ਕਿ ਬੰਦਾ ਤਾਂ ਚਲੋ ਇਹ ਸੱਚਾ ਸੁੱਚਾ ਹੀ ਆ, ਇਹ ਡਰਿਆ ਨਹੀਂ। ਉਹ ਸੋਚਦਾ ਵੀ ਸਾਧੂ ਮਹਾਤਮਾ ਦੀ ਕੁਟੀਆ ਦੇ ਲਾਗੋਂ ਲੰਘੇ ਅਤੇ ਉਹਦੇ ਕੰਨਾਂ 'ਚ ਇੱਕੋ ਅੱਖਰ ਪਿਆ ਸੀ, ਮੈਂ ਆਹ ਗੱਲ ਸੁਣੀ ਸੀ ਤਾਂ ਮੇਰੀ ਜਾਨ ਬਚ ਗਈ, ਅਤੇ ਜੇ ਮੈਂ ਸਦਾ ਹੀ ਸੁਣਾ ਤਾਂ ਮੇਰਾ ਕਿੰਨਾ ਭਲਾ ਹੋਏਗਾ। ਇਹਨਾਂ ਕਹਾਣੀਆਂ ਦੇ ਵਿੱਚ ਵੀ ਇੱਕ ਮਕਸਦ ਹੀ ਹੈ, ਸਿਰਫ ਇੰਨੀ ਇੱਕ ਗੱਲ ਕਿ ਬੰਦਾ ਸੋਚੇ, ਸੁਣੇ, ਸਮਝੇ। ਅਸਲ ਵਿੱਚ ਗੁਰੂ ਦੀ ਗੱਲ, ਜਿਵੇਂ ਭੂਮੀਏ ਚੋਰ ਨੂੰ ਕਿਹਾ ਵੀ ਗਰੀਬ ਮਾਰ ਨਹੀਂ ਕਰਨੀ, ਉਹ ਰਾਜੇ ਦੇ ਜਾ ਵੜਿਆ। ਦੂਜਾ ਕਿਹਾ ਸੀ ਵੀ ਨਮਕ ਖਾ ਕੇ ਰਮ ਨਹੀਂ ਕਰਨਾ, ਗਰੀਬ ਮਾਰ ਨਹੀਂ ਕਰਨੀ, ਝੂਠ ਨਹੀਂ ਬੋਲਣਾ। ਪਹਿਰੇਦਾਰ ਨੇ ਪੁੱਛਿਆ ਵੀ ਤੂੰ ਕੌਣ? ਕਹਿੰਦਾ ਮੈਂ ਚੋਰ ਹਾਂ। ਉਹ ਘਬਰਾ ਗਿਆ ਵੀ ਸ਼ਾਇਦ ਕੋਈ ਖਾਸ ਬੰਦਾ, ਤਾਂ ਗੁੱਸਾ ਮੰਨ ਗਿਆ। ਉਹਨੇ ਸਮਝਿਆ ਵੀ ਕੋਈ ਰਾਜੇ ਦਾ ਖਾਸ ਬੰਦਾ ਹੋਏਗਾ, ਉਹਨੇ ਵੀ ਲੰਘਾ ਦਿੱਤਾ। ਮੁੱਕਦੀ ਗੱਲ ਇਹ, ਗੁਰੂ ਦੀ ਗੱਲ, ਗੁਰੂ ਦੀ ਸਿੱਖਿਆ, ਗੁਰੂ ਦਾ ਸ਼ਬਦ ਬੰਦੇ ਦੇ ਜੀਵਨ 'ਚ ਕਿੱਥੇ ਕਦੋਂ ਕੰਮ ਆਉਣਾ ਇਹਦਾ ਸਾਨੂੰ ਵੀ ਪਤਾ ਨਹੀਂ। ਅਸੀਂ ਗੁਰੂ ਦੀ ਗੱਲ ਸੁਣਦੇ ਹਾਂ, ਸੁਣ ਕੇ ਚੇਤੇ ਰੱਖ ਲੈਂਦੇ ਹਾਂ, ਅੱਜ ਸਮਝ ਨਾ ਵੀ ਆਵੇ ਤਾਂ ਵੀ ਕੋਈ ਗੱਲ ਨਹੀਂ, ਸਮਾਂ ਪਾ ਕੇ ਸਮਝ ਆ ਜਾਏਗੀ। ਹਾਂ, ਉਹਨੇ ਸਵਾਸ ਜ਼ਰੂਰ ਸਾਡੇ ਖਰਾਬ ਹੋ ਜਾਣਗੇ। ਕੋਈ ਗੱਲ ਗੁਰੂ ਦੀ ਅੱਜ ਸਮਝ ਆ ਜਾਏ ਉਹਦਾ ਹੋਰ ਮੁੱਲ ਹੈ, ਅਤੇ ਮਰਨ ਲੱਗਿਆਂ ਜਾ ਕੇ ਸਮਝ ਆਈ ਫਿਰ ਹੋਰ ਮੁੱਲ ਹੈ। ਅਸੀਂ ਆਪਣੇ ਇਸ ਕੀਮਤੀ ਜੀਵਨ ਨੂੰ, ਇਹਦੀ ਕੀਮਤ ਨੂੰ ਜਦੋਂ ਸਮਝ ਲਿਆ ਤਾਂ ਸਾਨੂੰ ਉਦਣ ਹੀ ਪਛਤਾਵਾ ਹੋਏਗਾ ਕਿ ਇਹਦੀ ਪਹਿਲਾਂ ਸਮਝ ਕਿਉਂ ਨਾ ਆਈ। ਇਸ ਜੀਵਨ ਦੇ ਕੀਮਤੀ ਸਵਾਸਾਂ ਨੂੰ ਅਸੀਂ ਗੁਰੂ ਦੀ ਸਿੱਖਿਆ ਨੂੰ ਸੁਣੇ ਬਿਨਾਂ ਲੰਘਾ ਦਿੱਤਾ। ਕਿੰਨੇ ਕੀਮਤੀ ਪਵਿੱਤਰ ਸ਼ਬਦ ਨੇ ਗੁਰੂ ਦੇ, ਜਿਹੜੇ ਅਸੀਂ ਕਦੀ ਸੁਣੇ ਹੀ ਨਹੀਂ, ਕਦੀ ਪੜ੍ਹੇ ਹੀ ਨਹੀਂ, ਕਦੀ ਗਾਏ ਹੀ ਨਹੀਂ। ਜੇ ਸਾਨੂੰ ਪਤਾ ਹੋਵੇ ਬਾਣੀ ਕੀ ਹੈ, ਅਸੀਂ ਤਾਂ ਸਾਰਾ ਸਾਰਾ ਦਿਨ ਇਹਦਾ ਕੀਰਤਨ ਕਰਦੇ ਰਹੀਏ ਜਾਂ ਸੁਣਦੇ ਰਹੀਏ। ਗੁਰਬਾਣੀ ਕੀ ਹੈ, ਕਿੱਥੋਂ ਆਈ ਹੈ ਅਤੇ ਕਿੱਥੋਂ ਤੱਕ ਸਾਨੂੰ ਲਿਜਾ ਸਕਦੀ ਹੈ, ਸਾਨੂੰ ਇਹਦਾ ਮੁੱਲ ਪਤਾ ਨਹੀਂ ਹੈ। ਗੁਰਬਾਣੀ ਸਾਡੇ ਵਾਸਤੇ ਐਂ ਕਹਿ ਲਓ ਵੀ ਰੱਬ ਹੀ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ। ਪਿਆਰ ਦੇ ਨਾਲ ਇਹਨੂੰ ਜਿੱਥੋਂ ਮਰਜ਼ੀ ਪੜ੍ਹਨ ਲੱਗ ਜਾਓ, ਤੁਹਾਡੀ ਹੀ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਉਹਦੇ ਵਿੱਚ ਹੀ ਹੋਏਗਾ। ਗੁਰੂ ਸਾਹਿਬ ਜੀ ਕਹਿੰਦੇ ਨੇ ਅਸੀਂ ਬਸ ਖੇਡਾਂ 'ਚ ਮਸਤ ਹਾਂ,
ਸਾਨੂੰ ਸੱਚ ਦਾ ਨਾਮ ਦਾ ਮੁੱਲ ਪਤਾ ਨਹੀਂ। ਅਸੀਂ ਖੇਡਦਿਆਂ ਖੇਡਦਿਆਂ ਹੀ ਆਏ ਹਾਂ ਅਤੇ ਬੜੀਆਂ ਜੂਨਾਂ 'ਚੋਂ ਆਏ ਹਾਂ, ਦੁੱਖ ਭੋਗਦੇ ਆਏ ਹਾਂ। ਖੇਲਤ ਖੇਲਤ ਆਇਓ ਅਨਿਕ ਜੋਨ ਦੁੱਖ ਪਾਏ। ਇਹ ਜਿਉਂਦੇ ਜੀ ਵੀ ਅਸੀਂ ਜੂਨਾਂ ਹੰਢਾਉਂਦੇ ਹਾਂ। ਜਦੋਂ ਬੰਦਾ ਲੋਭ ਵਿੱਚ ਹੈ, ਸਮਝੋ ਕੁੱਤੇ ਦੀ ਜੂਨ ਹੰਢਾ ਰਿਹਾ। ਜਦੋਂ ਕਾਮ ਵਸ ਹੋਇਆ, ਉਹ ਹਾਥੀ ਦੀ ਜੂਨ ਹੰਢਾ ਰਿਹਾ। ਜਿਹੜਾ ਈਰਖਾ ਰੱਖਦਾ, ਜ਼ਹਿਰ ਘੋਲੀ ਜਾਂਦਾ, ਵਿਸ ਘੋਲਦਾ, ਉਹ ਸੱਪ ਦੀ ਜੂਨ ਹੰਢਾ ਰਿਹਾ। ਜਿਹਦੇ ਕੋਲ ਗੁਰੂ ਦਾ ਮੰਤਰ ਨਹੀਂ, ਗੁਰੂ ਦੀ ਸਿੱਖਿਆ ਨਹੀਂ, ਉਹ ਜਾਨਵਰਾਂ ਦੀ ਜੂਨ ਹੀ ਭੋਗਦਾ। ਮਹਾਰਾਜ ਨੇ ਲਿਖਿਆ ਹੈ, ਗੁਰਮੰਤਰਹੀਣਸਯ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣ ਹੈ। ਕੂਕਰ ਹੈ, ਸੂਕਰ ਹੈ, ਗਰਦ ਬਹਿ, ਕਾਕ ਹੈ, ਸਰਪਨ ਹੈ, ਤੁਲ ਖਲ ਹੈ। ਉਹ ਖਲ ਮੂਰਖ ਮਨੁੱਖ ਕਾਂ ਕੁੱਤੇ ਗਧੇ ਸੂਰ ਸੱਪ ਦੇ ਵਰਗਾ ਆਪਣਾ ਜੀਵਨ ਬਣਾ ਲੈਂਦਾ। ਸੂਰ ਗੰਦਗੀ 'ਚ ਰਹਿੰਦਾ, ਬੰਦਾ ਵਿਕਾਰਾਂ ਨੂੰ ਹੀ ਆਪਣਾ, ਔਗਣਾਂ ਨੂੰ ਹੀ ਗੁਣ ਮੰਨ ਲੈਂਦਾ। ਗੁਰੂ ਸਾਹਿਬ ਜੀ ਮਹਾਰਾਜ ਵਾਰ ਵਾਰ ਇੱਕੋ ਗੱਲ ਮਨੁੱਖ ਨੂੰ ਸਮਝਾਉਂਦੇ ਨੇ, ਇਹਨਾਂ ਔਗਣਾਂ ਦੇ ਵਿੱਚ ਅਸੀਂ ਵੱਜੇ ਹਾਂ, ਔਗਣਾਂ ਦੇ ਭਵ ਜਲ ਵਿੱਚ ਡੁੱਬ ਰਹੇ ਹਾਂ, ਅਤੇ ਵਾਹਿਗੁਰੂ ਦਾ ਨਾਮ ਹੀ ਇਹਦੇ ਵਿੱਚੋਂ ਸਾਨੂੰ ਕੱਢ ਸਕਦਾ। ਅਤੇ ਜੋ ਨਹੀਂ ਨਿਕਲਣਾ ਚਾਹੁੰਦਾ, ਉਹਦੇ ਲਈ ਸ਼ਾਇਦ ਇਹ ਗੱਲ ਕਹਿਣ ਦਾ ਵੀ ਕੋਈ ਫਾਇਦਾ ਨਹੀਂ, ਕੋਈ ਉਹਨੂੰ ਮੁੱਲ ਨਹੀਂ, ਸਮਝ ਨਹੀਂ ਆਵੇਗੀ। ਗੁਰੂ ਸਾਹਿਬਾਨ ਨੇ ਕਿਹਾ ਕਿ ਜਿਸ ਇਨਸਾਨ ਨੇ ਪਛਤਾਵਾ ਕੀਤਾ, ਜਿਹਨੂੰ ਮਹਿਸੂਸ ਹੋਇਆ ਵੀ ਇਹ ਵਿਕਾਰ ਜਿਹੜੇ ਹਨ, ਇਨ ਦੂਤਨ ਖਲ ਵੱਧ ਕਰ ਮਾਰਿਓ, ਇਹਨਾਂ ਵਿਕਾਰਾਂ ਨੇ ਮੈਨੂੰ ਬੰਨ੍ਹ ਕੇ ਕੁੱਟਿਆ, ਕਾਮ ਕ੍ਰੋਧ ਲੋਭ ਮੋਹੰਕਾਰ ਨੇ ਮੈਨੂੰ ਬਹੁਤ ਤੜਫਾਇਆ ਹੈ। ਜਿਹਨੂੰ ਅਜੇ ਤੱਕ ਸਮਝ ਨਹੀਂ ਆਈ ਵੀ ਇਹ ਔਗਣ ਹਨ, ਇਹ ਵਿਕਾਰ ਹਨ, ਉਹਨੂੰ ਗੁਰੂ ਦੀ ਗੱਲ ਵੀ ਸਮਝ ਨਹੀਂ ਆਉਂਦੀ। ਇਨ ਦੂਤਨ ਖਲ ਬੰਦ ਕਰ ਮਾਰਿਓ, ਬੜੋ ਨਿਲਾਜ ਅਜੂ ਨਹੀਂ ਹਾਰਿਓ। ਬੰਦਾ ਅਜੇ ਵੀ ਹਾਰਿਆ ਨਹੀਂ ਹੈ। ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਜਦੋਂ ਮਹਿਸੂਸ ਕਰਾਂਗੇ ਇਸ ਗੱਲ ਨੂੰ ਕਿ ਅਸੀਂ ਭਟਕ ਰਹੇ ਹਾਂ, ਅਸੀਂ ਗੁਰੂ ਦੀ ਬਾਣੀ ਦੀ ਸਹੀ ਸਿੱਖਿਆ ਤੋਂ ਬਿਨਾਂ ਜੀਵਨ ਗੁਜ਼ਾਰ ਰਹੇ ਹਾਂ, ਅਤੇ ਸਾਡੇ ਜੀਵਨ ਵਿੱਚ ਬੜਾ ਵੱਡਾ ਖੇਦ ਹੈ, ਪਛਤਾਵਾ ਹੈ, ਦੁੱਖ ਹੈ, ਚਿੰਤਾ ਹੈ। ਪਹਿਲਾਂ ਕਿਤੇ ਇੱਕ ਅੱਧਾ ਹਸਪਤਾਲ ਹੁੰਦਾ ਸੀ, ਕਹਿੰਦੇ ਪਾਗਲਾਂ ਦਾ ਆਗਰੇ ਜਾਓ ਜਾਂ ਇੱਕ ਅੰਮ੍ਰਿਤਸਰ 'ਚ ਹੁੰਦਾ ਸੀ। ਹੁਣ ਇੱਕ ਇੱਕ ਸ਼ਹਿਰ 'ਚ 10-10 ਡਾਕਟਰ ਬੈਠੇ ਆ, ਜਿਹੜੇ ਦਿਮਾਗ ਦੀਆਂ, ਡਿਪਰੈਸ਼ਨ ਦੀਆਂ ਗੋਲੀਆਂ ਦੇਈ ਜਾਂਦੇ ਆ। ਇੱਕ ਇੱਕ ਸ਼ਹਿਰ ਵਿੱਚ 10-10 ਹਸਪਤਾਲ ਬਣ ਗਏ ਜਿਹੜੇ ਮਾਨਸਿਕ ਰੋਗਾਂ ਦਾ ਇਲਾਜ ਕਰ ਰਹੇ ਨੇ। ਕਿਉਂ? ਮਾਨਸਿਕ ਰੋਗੀਆਂ ਦੀ ਗਿਣਤੀ ਬਹੁਤ ਵੱਧ ਗਈ। ਜਿੰਨੀ ਜ਼ਿਆਦਾ ਪਦਾਰਥਕ ਤਰੱਕੀ ਹੋਈ ਹੈ, ਡਿਪਰੈਸ਼ਨ ਦੇ ਮਰੀਜ਼ ਉਨੇ ਜ਼ਿਆਦਾ ਵਧੇ ਨੇ। ਗੁਰੂ ਮਹਾਰਾਜ ਨੇ ਬੰਦੇ ਨੂੰ ਇੱਕ ਸਾਵਾਂ ਪੱਧਰਾ ਜੀਵਨ ਬਖਸ਼ਿਆ, ਜਿਹੜਾ ਬੜੇ ਆਨੰਦ ਅਤੇ ਖੇੜੇ ਵਿੱਚ ਬੀਤਦਾ। ਪਾਤਸ਼ਾਹ ਕਹਿੰਦੇ ਹਨ, ਇਨਸਾਨ ਕੇਵਲ ਲਗਜ਼ਰੀ ਨੂੰ, ਖਾਣ ਪੀਣ ਨੂੰ, ਇਹਨਾਂ ਚੀਜ਼ਾਂ ਨੂੰ ਜ਼ਿੰਦਗੀ ਮੰਨਦਾ ਹੈ। ਖਾਤ ਪੀਤ ਖੇਲਤ ਹਸਤ, ਭਰਮੇ ਜਨਮ ਅਨੇਕ, ਭਵਜਲ 'ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ। ਪੌੜੀ ਖੇਲਤ ਖੇਲਤ ਆਇਓ ਅਨਿਕ ਜੋਨ ਦੁੱਖ ਪਾਏ। ਇਹਨਾਂ ਖੇਡਾਂ ਵਿੱਚ ਮਸਤ ਹੋ ਕੇ ਅਨੇਕਾਂ ਜੂਨਾਂ ਦੇ ਵਿੱਚ ਭਟਕਦਾ ਜੀਵ ਦੁੱਖ ਪਾਉਂਦਾ ਪਾਉਂਦਾ ਇੱਥੋਂ ਤੱਕ ਪਹੁੰਚਿਆ ਹੈ। ਖੇਦ ਮਿਟੇ ਸਾਧੂ ਮਿਲਤ, ਸਤਿਗੁਰ ਬਚਨ ਸਮਾਏ। ਇਹ ਜਨਮਾਂ ਜਨਮਾਂਤਰਾਂ ਦੇ ਜੂਨਾਂ ਨੂੰ ਭੋਗਣ ਦੇ ਇਹ ਖੇਦ, ਇਹ ਪਸ਼ੂਆਂ ਵਾਲੇ ਜੀਵਨ ਦਾ ਜਿੰਨਾ ਦੁੱਖ ਹੈ, ਕਲੇਸ਼ ਹੈ, ਇਹ ਸਾਰਾ ਕੁਝ ਕਿੱਥੇ ਆ ਕੇ ਮਿਟਿਆ? ਖੇਦ ਮਿਟੇ ਸਾਧੂ ਮਿਲਤ, ਜਦੋਂ ਗੁਰੂ ਮਿਲਦਾ ਹੈ, ਗੁਰੂ ਨੂੰ ਮਿਲ ਕੇ, ਗੁਰੂ ਦੀ ਸੰਗਤ ਵਿੱਚ ਆ ਕੇ ਸਤਿਗੁਰ ਬਚਨ ਸਮਾਏ। ਗੁਰੂ ਦੇ ਬਚਨਾਂ ਵਿੱਚ, ਗੁਰਬਾਣੀ ਵਿੱਚ ਜੋ ਲੀਨ ਹੋ ਗਏ, ਜੋ ਗੁਰੂ ਦੇ ਵਰਗੇ ਹੋ ਗਏ, ਗੁਰੂ ਦੀ ਬਾਣੀ ਵਰਗੇ ਹੋ ਗਏ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਆਪਾਂ ਗੁਰਬਾਣੀ ਬਣਨਾ ਹੈ। ਗੁਰਬਾਣੀ ਲਿਖਤ ਰੂਪ ਹੈ, ਅਸੀਂ ਉਹਦਾ ਪ੍ਰੈਕਟੀਕਲ ਰੂਪ ਬਣਨਾ ਹੈ।
ਬਾਣੀ 'ਚ ਲਿਖਿਆ ਸੱਚ ਬੋਲੋ, ਅਸੀਂ ਸੱਚ ਬੋਲਣਾ। ਗੁਰਬਾਣੀ 'ਚ ਲਿਖਿਆ ਧਰਮ ਨੂੰ ਕਮਾਉਣਾ ਅਤੇ ਧਰਮ ਕਮਾਉਣਾ ਅਸੀਂ ਹੈ। ਸਰੀਰ ਨੇ ਇੱਕ ਲਿਖਤ ਰੂਪ ਹੈ, ਇੱਕ ਉਹਦਾ ਪ੍ਰੈਕਟੀਕਲ ਰੂਪ ਹੈ। ਇੱਕ ਨੂੰ ਜੋਤ ਕਹਿੰਦੇ ਹਾਂ, ਇੱਕ ਨੂੰ ਜੁਗਤ ਕਹਿੰਦੇ, ਇੱਕ ਨੂੰ ਗ੍ਰੰਥ ਕਹਿੰਦੇ, ਇੱਕ ਨੂੰ ਪੰਥ ਕਹਿੰਦੇ ਹਾਂ। ਇੱਕ ਪੀਰੀ ਹੈ, ਇੱਕ ਮੀਰੀ ਹੈ। ਜੋ ਗੁਰਬਾਣੀ ਸ਼ਬਦ ਰੂਪ ਹੈ ਉਸੇ ਦਾ ਪ੍ਰੈਕਟੀਕਲ ਰੂਪ ਸੰਗਤ ਹੈ। ਪੁਰਾਣੇ ਸਮੇਂ 'ਚ ਮਹਾਰਾਜ ਨੇ ਸੰਗਤ ਬਾਣੀ ਕਿਹਾ ਸੀ, ਅੱਗੇ ਚੱਲ ਕੇ ਗ੍ਰੰਥ ਅਤੇ ਪੰਥ ਆਖਿਆ। ਇੱਕ ਸਿਧਾਂਤ ਰੂਪ ਹੈ, ਇੱਕ ਉਹਦਾ ਕਿਰਿਆਤਮਕ ਰੂਪ ਹੈ, ਪ੍ਰੈਕਟੀਕਲ ਰੂਪ ਹੈ। ਦੋਨਾਂ ਨੂੰ ਮਿਲਾ ਕੇ ਇੱਕ ਹੀ ਗਿਣਿਆ ਭਾਈ ਗੁਰਦਾਸ ਨੇ, ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈਰਾਈ। ਗੁਰ ਸੰਗਤ ਅਤੇ ਬਾਣੀ ਨੂੰ ਇੱਕੋ ਹੀ ਗਿਣਨਾ। ਸੰਗਤ ਅਤੇ ਬਾਣੀ ਦੋਵੇਂ ਇੱਕ ਰੂਪ ਨੇ, ਕਿਉਂਕਿ ਬਾਣੀ 'ਚ ਜੋ ਲਿਖਿਆ ਸੰਗਤ ਨੇ ਉਹ ਕਰਨਾ। ਜੇ ਸੰਗਤ ਉਹ ਨਾ ਕਰੇ ਤਾਂ ਫਿਰ ਸੰਗਤ ਨਹੀਂ ਹੁੰਦੀ, ਉਹ ਭੀੜ ਹੋ ਜਾਂਦੀ ਹੈ। ਅਸੀਂ ਸੰਗਤ ਉਦੋਂ ਹੀ ਬਣਦੇ ਹਾਂ ਜਦੋਂ ਸਾਡੇ 'ਚ ਨਾਮ ਆ ਜਾਵੇ। ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਅਤੇ ਜੇ ਇੱਕ ਨਾਮ ਦੀ ਗੱਲ ਹੀ ਹੈ ਨਹੀਂ, ਕੇਵਲ ਖਾਣ ਪੀਣ ਵਾਲੇ ਹੀ ਆਪਾਂ ਇਕੱਠੇ ਹੋ ਜਾਈਏ, ਫਿਰ ਸੰਗਤ ਥੋੜ੍ਹਾ ਹੋਈ, ਫਿਰ ਤਾਂ ਆਪਾਂ ਵੈਸੇ ਹੀ ਕੋਈ ਭੀੜ ਹੋ ਗਈ, ਕੋਈ ਪ੍ਰੋਗਰਾਮ 'ਤੇ ਇਕੱਠੇ ਹੋਏ ਹੋ ਗਏ। ਸੰਗਤ ਉਦੋਂ ਜਦੋਂ ਸਾਡੇ ਦਿਲ 'ਚ ਨਾਮ ਹੋਵੇ, ਸੇਵਾ ਕਰਦਿਆਂ ਵੀ ਨਾਮ ਜਪੋ, ਲੰਗਰ ਛਕਦਿਆਂ ਵੀ ਨਾਮ 'ਚ ਧਿਆਨ ਹੋਵੇ, ਕੀਰਤਨ ਸੁਣੀ ਜਾਓ, ਢਾਡੀ ਵਾਰਾਂ ਸੁਣੀ ਜਾਓ, ਸਤਨਾਮ ਵਾਹਿਗੁਰੂ ਕਰ ਲਓ। ਪਰ ਜਦੋਂ ਕੇਵਲ ਖਾਣ ਪੀਣਾ ਹੀ ਮੁੱਖ ਹੋ ਗਿਆ, ਫਿਰ ਉਹ ਸੰਗਤ ਨਹੀਂ ਰਹਿ ਜਾਂਦੀ। ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਜਿੱਥੇ ਕੇਵਲ ਇੱਕ ਨਾਮ ਦੀ ਹੀ ਵਡਿਆਈ ਹੋਵੇ, ਬਾਕੀ ਗੱਲਾਂ ਸਾਈਡ 'ਤੇ ਹੋ ਜਾਣ, ਛੋਟੀਆਂ ਹੋ ਜਾਣ। ਇੱਥੇ ਮਹਾਰਾਜ ਫਰਮਾਉਂਦੇ ਨੇ, ਖੇਲਤ ਖੇਲਤ ਆਇਓ ਅਨਕ ਜੋਨ ਦੁੱਖ ਪਾਏ, ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ। ਸਤਿਗੁਰੂ ਦੇ ਬਚਨਾਂ ਦੇ ਵਿੱਚ ਜਿਹਦੀ ਸਮਾਈ ਹੋ ਗਈ, ਗੁਰੂ ਦੇ ਸ਼ਬਦ ਵਿੱਚ ਜੋ ਲੀਨ ਹੋਇਆ, ਉਹਨਾਂ ਦੇ ਜਨਮਾਂ ਜਨਮਾਂਤਰਾਂ ਦੇ ਸਾਰੇ ਖੇਦ ਦੁੱਖ ਮਿਟ ਜਾਂਦੇ ਹਨ। ਹਿਮਾ ਗਹੀ ਸੱਚ ਸੰਚਿਓ, ਖਾਇਓ ਅੰਮ੍ਰਿਤ ਨਾਮ। ਜਿਹੜੇ ਗੁਰੂ ਕੋਲ ਆ ਗਏ ਉਹਨਾਂ ਨੇ ਖਿਮਾ ਧਾਰਨ ਕੀਤੀ। ਖਿਮਾ ਧਾਰਨ ਕਰਨੀ ਬਹੁਤ ਜ਼ਰੂਰੀ ਹੈ ਸਾਧ ਸੰਗਤ ਜੀ। ਜਦੋਂ ਬੰਦੇ ਨੂੰ ਆਪ ਨੂੰ ਕੁਝ ਇੱਕ ਅੱਖਰ ਸਮਝ ਆਉਂਦਾ ਨਾ, ਉਹਨੂੰ ਬਾਕੀ ਸਾਰੀ ਦੁਨੀਆ ਮੂਰਖ ਲੱਗਣੀ ਸ਼ੁਰੂ ਹੋ ਜਾਂਦੀ। ਬੰਦਾ ਦੂਜਿਆਂ ਦੇ ਔਗਣ ਫੁੱਲਣੇ ਸ਼ੁਰੂ ਕਰ ਦਿੰਦਾ ਔਰ ਪਹਿਲਾਂ ਨਾਲੋਂ ਵੀ ਪਿੱਛੇ ਆ ਜਾਂਦਾ। ਧਿਆਨ ਨਾਲ ਸਮਝਣ ਦੀ ਲੋੜ ਹੈ। ਹਜ਼ਰਤ ਮੁਹੰਮਦ ਸਾਹਿਬ ਮੁਸਲਮਾਨਾਂ ਦੇ ਪੈਗੰਬਰ ਹੋਏ ਨੇ, ਉਹਨਾਂ ਦਾ ਕੋਈ ਬੱਚਾ ਸੀ, ਭਤੀਜਾ ਸੀ ਛੋਟਾ। ਕਹਿੰਦੇ ਇੱਕ ਵਾਰੀ ਉਹਨੇ ਕਿਹਾ, ਮੈਂ ਵੀ ਤੜਕੇ ਦੀ ਜਿਹੜੀ ਫਜ਼ਰ ਦੀ ਨਮਾਜ਼ ਹੁੰਦੀ ਸਵੇਰ ਦੀ, ਮੈਂ ਵੀ ਪੜ੍ਹਨੀ ਹੈ। ਉਹ ਕਹਿੰਦੇ, ਨਹੀਂ ਕੋਈ ਨਹੀਂ, ਤੂੰ ਬਾਕੀ ਦੀਆਂ ਚਾਰ ਪੜ੍ਹ ਲਿਆ ਕਰ, ਜਿਹੜੀ ਤੜਕੇ ਵਾਲੀ, ਅੰਮ੍ਰਿਤ ਵੇਲੇ ਵਾਲੀ, ਸਵੇਰ ਵਾਲੀ, ਚੱਲ ਤੂੰ ਰਹਿਣ ਦੇ। ਐਂ ਕਿਹਾ ਉਹਨੂੰ। ਕਹਿੰਦਾ, ਨਹੀਂ ਜੀ, ਮੈਂ ਵੀ ਜਾਣਾ। ਉਹਨੂੰ ਵੀ ਲੈ ਗਏ, ਉਹਨੇ ਅੰਮ੍ਰਿਤ ਵੇਲੇ ਦੀ ਨਮਾਜ਼ ਪੜ੍ਹੀ, ਉਹਨੂੰ ਬਹੁਤ ਆਨੰਦ ਆਇਆ, ਵਧੀਆ ਲੱਗਾ। ਇੰਨਾ ਆਨੰਦ ਆਇਆ ਵੀ ਖੁਸ਼ੀ 'ਚ ਆ ਕੇ ਉਹਨੇ ਕਿਹਾ ਵੀ, ਲੋਕ ਹੀ ਤਾਂ ਮੂਰਖ ਨੇ ਸਾਰੇ, ਲੋਕ ਤਾਂ ਸਾਰੇ ਕਮਲੇ ਹੀ ਨੇ। ਉਹਨੂੰ ਸਾਰੇ ਹੀ ਜਿਹੜੇ ਨੇ ਉਹ ਕਹਿੰਦੇ ਵੀ, ਤੂੰ ਅਜੇ ਇੱਕ ਦਿਨ ਪੜ੍ਹੀ ਹੈ ਅਤੇ ਤੈਨੂੰ ਸਾਰੇ ਹੀ ਕਮਲੇ ਦੇਖ ਦੇਣ ਲੱਗ ਗਏ। ਜਰਾ ਸੋਚ ਕੇ ਵੇਖ, ਜਦੋਂ ਵੀ ਇਨਸਾਨ ਨੂੰ ਕੁਝ ਖੁਦ ਨੂੰ ਸਮਝ ਆਉਂਦਾ ਅਤੇ ਜਿਹਨੂੰ ਅਜੇ ਨਹੀਂ ਆਇਆ, ਉਹਦੇ ਨਾਲ ਉਹ ਕਲੇਸ਼ ਕਰਦਾ। ਆ ਸਾਰੀ ਦੁਨੀਆ ਦੇ ਵਿੱਚ ਜਿੰਨਾ ਧਰਮਾਂ ਦਾ ਕਲੇਸ਼ ਹੈ, ਉਹਦਾ ਕਾਰਨ ਕੀ ਹੈ? ਕਿ ਮੈਨੂੰ ਜਿਹੜੀ ਗੱਲ ਅੱਜ ਸਮਝ ਆਈ ਹੈ, ਮੈਨੂੰ 20 ਸਾਲ ਧੱਕੇ ਖਾ ਕੇ ਸਮਝ ਆਈ ਹੈ, ਅਤੇ ਦੂਸਰੇ ਬੰਦੇ ਨੂੰ ਮੈਂ ਕਹਿੰਦਾ ਵੀ ਹੁਣੇ ਹੀ ਆਵੇ, ਨਹੀਂ ਆਉਂਦੀ ਤਾਂ ਉਨਾ ਚਿਰ ਮੇਰਾ ਉਹਦੇ ਨਾਲ ਕਲੇਸ਼ ਹੈ। ਜਿਹੜੀ ਗੱਲ ਦੀ ਮੈਨੂੰ ਹੁਣ ਸਮਝ ਆਈ ਹੈ, ਪਹਿਲਾਂ ਤਾਂ ਮੈਂ ਵੀ ਗਲਤ ਹੀ ਸਾਂ, ਅਤੇ ਦੂਜੇ ਨੂੰ ਅਜੇ ਸਮਝ ਨਹੀਂ ਆਈ, ਤਾਂ ਥੋੜ੍ਹੀ ਉਡੀਕ ਕਰ, ਹੋ ਸਕਦਾ ਉਹਨੂੰ ਵੀ ਆ ਜਾਵੇ। ਗੁਰੂ ਮਹਾਰਾਜ ਕਹਿੰਦੇ ਨੇ, ਹਰ ਆਪੇ ਹੀ ਮਤ ਦੇਵੈ ਸੁਆਮੀ। ਅਜੇ ਉਹਨੂੰ ਮਤ ਹੀ ਨਹੀਂ ਆਈ ਵਿਚਾਰੇ ਨੂੰ, ਤੂੰ ਚਾਹੁੰਦਾ ਵੀ ਉਹ ਅੱਜ ਹੀ ਤੇਰੇ ਵਰਗੀ, ਤੇਰੇ ਨਾਲ ਸਹਿਮਤ ਹੋ ਜਾਵੇ।
ਸਾਧ ਸੰਗਤ ਜੀ ਇੱਥੇ ਕੌਣ ਬਚਾ ਸਕਦਾ, ਇੱਥੇ ਬਚਾਉਂਦੀ ਹੈ ਖਿਮਾ, ਉਹਨੂੰ ਮਾਫ਼ ਕਰ ਦਿਓ। ਜਦੋਂ ਵਾਹਿਗੁਰੂ ਮੱਤ ਦੇਵੇਗਾ ਉਹ ਵੀ ਸਿਆਣੀ ਗੱਲ ਕਰ ਲਏਗਾ, ਉਹਨੂੰ ਤੁਸੀਂ ਖਿਮਾ ਕਰ ਦਿਓ। ਇਹ ਖਿਮਾ ਤੁਹਾਨੂੰ ਮਾਨਸਿਕ ਸੰਤਾਪ ਤੋਂ ਬਚਾਏਗੀ। ਗੁਰੂ ਕੋਲ ਆਉਣ ਵਾਲੇ ਖੇਦ ਮਿਟਾ ਲੈਂਦੇ ਨੇ, ਕਿਉਂ? ਕਿਉਂਕਿ ਉਹ ਖਿਮਾ ਧਾਰਨ ਕਰਦੇ ਹਨ। ਖਿਮਾ ਗਹੀ ਸੱਚ ਸੰਚੇ, ਉਹ ਸੱਚ ਇਕੱਠਾ ਕਰਦੇ ਆ ਫਿਰ, ਵੀ ਮੈਂ ਸੱਚ 'ਤੇ ਚੱਲਣਾ, ਮੈਂ ਆਪਣਾ ਫਰਜ਼ ਪੂਰਾ ਕਰਨਾ ਹੈ, ਬਾਕੀ ਦੁਨੀਆ ਜਿਹੜੀ ਉਹ ਮਹਾਰਾਜ ਜਾਣੇ, ਜੇ ਕੋਈ ਆ ਜਾਵੇ ਤਾਂ ਵਾਹ ਭਲਾ, ਨਾ ਆਵੇ ਤਾਂ ਫਿਰ ਅਸੰਖ ਮੂਰਖ ਅੰਧ ਘੋਰ ਪੌੜੀ ਪਪੜੀ ਹੋਈ ਹੈ। ਕੱਲ੍ਹ ਵਿਚਾਰ ਕੀਤੀ ਸੀ, ਮਹਾਰਾਜ ਫਰਮਾਉਂਦੇ ਨੇ ਖਿਮਾ ਗਹੀ ਸੱਚ ਸੰਚਿਓ, ਉਹਨੇ ਸੱਚ ਇਕੱਠਾ ਕੀਤਾ। ਖਾਇਓ ਅੰਮ੍ਰਿਤ ਨਾਮ, ਉਹਨੇ ਅੰਮ੍ਰਿਤ ਆਤਮਕ ਮ੍ਰਿਤੂ ਤੋਂ ਬਚਾਉਣ ਵਾਲਾ ਜੋ ਨਾਮ ਹੈ ਉਹਦਾ ਭੋਜਨ ਕੀਤਾ, ਉਸਨੂੰ ਛਕਿਆ ਹੈ। ਹਰੀ ਕਿਰਪਾ ਠਾਕੁਰ ਭਾਈ ਅਣਦ ਸੁਖ ਬਿਸਰਾਮ, ਉਹਦੇ ਉੱਤੇ ਬੜੀ ਖਰੀ ਕਿਰਪਾ, ਬੜੀ ਸ਼ੁੱਧ ਪਿਓਰ ਕਹਿ ਲਓ ਕਿ ਕਿਰਪਾ ਮਾਲਕ ਦੀ ਸੱਚੀ ਅਤੇ ਸੁੱਚੀ ਨੇਕ ਰਹਿਮਤ ਉਸ ਮਾਲਕ ਦੀ ਹੁੰਦੀ ਹੈ। ਖਰੀ ਕਿਰਪਾ, ਵੱਡੀ ਭਾਰੀ ਕਿਰਪਾ ਉਹਦੇ 'ਤੇ ਹੁੰਦੀ ਹੈ ਅਤੇ ਉਹ ਆਨੰਦ ਪ੍ਰਾਪਤ ਕਰਦਾ, ਸੁੱਖ ਪ੍ਰਾਪਤ ਕਰਦਾ, ਵਿਸਰਾਮ ਵੱਡੇ ਟਿਕਾ ਨੂੰ ਵੱਡੀ ਅਡੋਲਤਾ ਨੂੰ ਪ੍ਰਾਪਤ ਕਰ ਲੈਂਦਾ ਹੈ। ਹੇ ਪਨਿਬਾਹੀ ਬਹੁਤ ਲਾਭ ਘਰ ਆਏ ਪਤਵੰਤ, ਸੌਦਾ ਸਹੀ ਲੱਦਿਆ ਹੋਵੇ ਤੇ ਵਪਾਰ ਦੇ ਵਿੱਚ ਘਾਟਾ ਨਹੀਂ ਪੈਂਦਾ, ਖੇਪ ਨਿਭ ਜਾਂਦੀ ਹੈ। ਜਿਨ੍ਹਾਂ ਨੇ ਕੂੜਾ ਲੱਦਿਆ ਉਹਨਾਂ ਦਾ ਸੌਦਾ ਇੱਥੇ ਹੀ ਰਹਿ ਗਿਆ, ਰੱਬ ਦੇ ਘਰ ਕਬੂਲ ਨਾ ਹੋਇਆ, ਪਰ ਜਿਨ੍ਹਾਂ ਨੇ ਨਾਮ ਦੀ ਖੇਪ ਲੱਦੀ ਉਹਨਾਂ ਦੀ ਖੇਪ ਨਿਭ ਗਈ, ਉਹਨਾਂ ਦਾ ਸੌਦਾ ਅੱਗੇ ਪਹੁੰਚ ਗਿਆ, ਉਹ ਰੱਬ ਦੇ ਘਰ ਮਾਨੋ ਉਸ ਖੇਪ ਨੂੰ ਲੈ ਕੇ ਸਹਿਲੀ ਖੇਪ ਨਾਨਕ ਲੈ ਆਇਆ, ਰੱਬ ਦੇ ਨਾਮ ਦੀ ਖੇਪ ਲੱਦ ਕੇ ਉਹ ਗਏ। ਘਰ ਆਏ ਪਤਵੰਤ, ਉਹ ਆਪਣੇ ਘਰ ਪਤ ਲੈ ਕੇ, ਇੱਜ਼ਤ ਲੈ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਪਹੁੰਚੇ ਹਨ। ਖਰਾ ਦਿਲਾਸਾ ਗੁਰ ਦੀਆ ਆਏ ਮਿਲੇ ਭਗਵੰਤ, ਵਾਹਿਗੁਰੂ ਨੇ ਵੱਡਾ ਦਿਲਾਸਾ ਦਿੱਤਾ ਹੈ, ਸਤਿਗੁਰੂ ਨਾਲ ਮਿਲਾਇਆ ਅਤੇ ਸਤਿਗੁਰੂ ਨੇ ਐਸਾ ਦਿਲਾਸਾ ਦਿੱਤਾ ਹੈ, ਕਿਰਪਾ ਕੀਤੀ ਹੈ, ਥਾਪੜਾ ਦਿੱਤਾ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਰਮੇਸ਼ਰ ਪ੍ਰਭੂ ਘਰ ਆਏ, ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੋ ਹੈ ਆਏ ਮਿਲੇ ਭਗਵੰਤ, ਹਿਰਦੇ ਘਰ ਵਿੱਚ ਹੀ ਆ ਕੇ ਵਾਹਿਗੁਰੂ ਉਹਨਾਂ ਨੂੰ ਮਿਲ ਪੈਂਦਾ ਹੈ। ਆਪਨ ਕੀਆ ਕਰਹੇ ਆਪ ਆਗੈ ਪਾਸ਼ੈ ਆਪ, ਧਰਮ ਦੇ ਖੇਤਰ ਵਿੱਚ ਇੱਕ ਕਦਮ ਤੁਰੇ ਚਾਹੇ 100 ਕਦਮ ਤੁਰੇ ਬੰਦਾ, ਉਹ ਤੁਰਦਿਆਂ ਤੁਰਦਿਆਂ ਉਹਨੇ ਹਰ ਵੇਲੇ ਇਹ ਚੇਤੇ ਰੱਖਣਾ ਹੁੰਦਾ ਵੀ ਮੈਂ ਕੁਝ ਨਹੀਂ ਕਰ ਰਿਹਾ, ਜੋ ਵਾਹਿਗੁਰੂ ਕਰਨ ਵਾਲਾ। ਇਸ ਲਈ ਮਹਾਰਾਜ ਹਰ ਪੌੜੀ ਦੇ ਅਖੀਰ 'ਚ ਬੰਦੇ ਨੂੰ ਯਾਦ ਕਰਾਉਂਦੇ ਨੇ ਕਿ ਜੇ ਤੂੰ ਸੱਚ 'ਤੇ ਚੱਲਦਿਆਂ ਹੋਇਆਂ ਥੋੜ੍ਹੀ ਬਹੁਤੀ ਵੀ ਹਉਮੈ ਆਪਦੇ ਅੰਦਰ ਲੈ ਆਇਆ ਵੀ ਮੈਂ ਚੱਲ ਰਿਹਾ, ਤਾਂ ਤੇਰਾ ਨੁਕਸਾਨ ਹੋ ਸਕਦਾ, ਤੂੰ ਅੱਗੇ ਦੀ ਬਜਾਏ ਪਿੱਛੇ ਨੂੰ ਸ਼ੁਰੂ ਹੋ ਜਾਏਗਾ। ਇਸ ਲਈ ਵਾਰ ਵਾਰ ਇਹ ਗੱਲ ਮਨ 'ਚ ਪੱਕੀ ਕਰਨੀ ਹੈ ਕਿ ਜੋ ਕਰ ਰਿਹਾ ਵਾਹਿਗੁਰੂ ਕਰ ਰਿਹਾ। ਆਪਨ ਕੀ ਆ ਕਰ ਹੈ ਆਪ ਆਗੈ ਪਾਛੈ ਆਪ, ਅੱਗੇ ਅਤੇ ਪਿੱਛੇ, ਪਹਿਲਾਂ ਵੀ ਜੋ ਕਰਨ ਕਰਾਉਣ ਵਾਲਾ ਵਾਹਿਗੁਰੂ ਸੀ ਅਤੇ ਅੱਗੇ ਵੀ ਜੋ ਕਰਨਾ ਕਰਾਉਣਾ ਉਹਨੇ ਕਰਨਾ, ਮੈਨੂੰ ਵਿੱਚੋਂ ਪਾਸੇ ਕਰਕੇ ਰੱਖਣਾ। ਜੇ ਮੈਂ ਨੂੰ ਪਾਸੇ ਕਰਕੇ ਰੱਖਾਂਗੇ ਤਾਂ ਤੁਰੇ ਰਹਾਂਗੇ, ਜੇ ਮੈਂ ਨੂੰ ਪਾਸੇ ਕਰਨ ਜੋਗੀ ਹਿੰਮਤ ਨਾ ਰਹੀ ਤਾਂ ਫਿਰ ਜਿਵੇਂ ਚੁੱਲ੍ਹੇ ਦੇ ਅੱਗ ਨੂੰ ਧੂੰਆਂ ਨੂੰ ਬਾਹਰ ਜਾਣ ਦਾ ਰਸਤਾ ਨਾ ਮਿਲੇ ਤਾਂ ਅੱਗ ਬੁੱਝ ਜਾਂਦੀ ਹੈ, ਹਉਮੈ ਨੂੰ ਬਾਹਰ ਜਾਣ ਦਾ ਰਸਤਾ ਨਾ ਮਿਲਿਆ ਤਾਂ ਇਹਨੇ ਸਾਡੀ ਇਸ ਅਗਨੀ ਨੂੰ ਬੁਝਾ ਦੇਣਾ। ਮਹਾਰਾਜ ਕਹਿੰਦੇ ਨੇ ਹਉਮੈ ਦਾ ਧੂੰਆਂ ਇਹਨੂੰ ਰਸਤਾ ਦਿਓ ਕਿ ਵਾਹਿਗੁਰੂ ਤੂੰ ਕਰਨ ਵਾਲਾ, ਆਪਨ ਕੀਆ ਕਰੇ ਆਪ ਆਗੈ ਪਾਛੈ ਆਪ,
ਅੱਗੇ ਵੀ ਪਿੱਛੇ ਵੀ ਜਿਹੜਾ ਜੀਵਨ ਲੰਘ ਗਿਆ ਉਹਦੇ 'ਚ ਵੀ ਵਾਹਿਗੁਰੂ ਆਪ ਹੀ ਸੀ, ਅਤੇ ਅਗਾਂਹ ਆਉਣ ਵਾਲੇ ਸਮੇਂ 'ਚ ਵੀ ਉਹਨੇ ਹੀ ਹੋਣਾ ਹੈ। ਜੋ ਕੀਤਾ ਹੈ ਉਹਨੇ ਕਰਵਾਇਆ ਹੈ, ਸਾਡੀ ਇੰਨੀ ਸਮਰੱਥਾ ਨਹੀਂ ਕਿ ਅਸੀਂ ਚੱਲ ਕੇ ਸੰਗਤ ਵਿੱਚ ਆ ਜਾਈਏ, ਬਾਣੀ ਪੜ੍ਹ ਲਈਏ, ਨਾਮ ਜਪ ਲਈਏ। ਇਹ ਸਾਰਾ ਕੁਝ ਉਹਦੀ ਕਿਰਪਾ ਨਾਲ ਹੀ ਹੈ। ਆਪਹਿ ਕੀਆ ਕਰਾਇਆ ਆਪਹਿ ਕਰਨੇ ਯੋਗ, ਆਪਨ ਕੀਆ ਕਰੇ ਆਪ ਆਗੈ ਪਾਛੈ ਆਪ। ਹਰ ਵੇਲੇ ਵਾਹਿਗੁਰੂ ਹੀ ਵਿਆਪਕ ਹੈ ਜੋ ਸਾਰੇ ਕਾਰਜ ਕਰ ਰਿਹਾ ਹੈ। ਨਾਨਕ ਸੋ ਸਰਾਹੀਐ ਜੇ ਘਟ ਘਟ ਰਹਿਆ ਵਿਆਪਕ। ਹੇ ਨਾਨਕ, ਸਿਰਫ ਉਹਦੀ ਸਲੋਤ ਕਰਨੀ ਚਾਹੀਦੀ ਹੈ ਜਿਹੜਾ ਘਟ ਘਟ ਵਿੱਚ ਵਸਿਆ ਹੋਇਆ। ਉਸ ਪਰਮਾਤਮਾ ਦੀ ਸਲੋਤ ਕਰੀਏ ਜਿਹੜਾ ਸਾਰਿਆਂ 'ਚ ਵੱਸਦਾ ਹੈ। ਅਸੀਂ ਮਨੁੱਖ ਦੀ ਸਲੋਤ ਕਰਦੇ ਹਾਂ, ਮਨੁੱਖ ਵਿਚਾਰਾ ਆਪ ਪੰਜਾਂ ਤੱਤਾਂ ਦਾ ਪੁਤਲਾ ਹੈ, ਮਨੁੱਖ ਦੀ ਨਹੀਂ ਪਰਮਾਤਮਾ ਦੀ ਸਲੋਤ ਕਰੀਏ। ਨਾਨਕ ਸੋ ਸਰਾਹੀਐ, ਇਸ ਸੰਸਾਰ ਦੇ ਅੰਦਰ ਸਤਿਗੁਰ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ। ਅਸੀਂ ਬੰਦੇ ਦਾ ਬੰਦਾ ਨਹੀਂ ਬਣਨਾ, ਅਸੀਂ ਗੁਰੂ ਦਾ ਬੰਦਾ ਬਣਨਾ। ਨਾਨਕ ਸੋ ਸਰਾਹੀਐ, ਉਹਦੀ ਸਲੋਤ ਕਰੀਏ। ਕੌਣ ਜੇ ਘੱਟ ਘੱਟ ਰਿਹਾ ਵਿਆਪ, ਜਿਹੜਾ ਹਰ ਕਣ ਕਣ ਦੇ ਵਿੱਚ ਵਸਿਆ ਹੋਇਆ ਹੈ। ਸਾਰੇ ਸ਼ਬਦ ਦਾ ਸਮੁੱਚਾ ਭਾਵ, ਖਾਣਾ ਪੀਣਾ ਹੀ ਜ਼ਿੰਦਗੀ ਨਹੀਂ ਹੈ, ਜ਼ਿੰਦਗੀ ਦੇ ਬੜੇ ਉਚੇਰੇ ਮਕਸਦ ਹਨ। ਉਹ ਮਕਸਦ ਕੀ ਹੈ? ਨਾਮ ਦੀ ਖੇਪ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਗੁਰੂ ਕੋਲ ਜਾਣਾ ਪਊਗਾ, ਗੁਰੂ ਦਾ ਦਿਲਾਸਾ ਲਈਏ। ਦੁਨੀਆਂ ਦੇ ਦਿਲਾਸੇ ਕੁਛ ਨਹੀਂ ਕਰ ਸਕਦੇ, ਖਰਾ ਦਿਲਾਸਾ ਗੁਰ ਦੀਆ ਆਏ ਮਿਲੇ ਭਗਵੰਤ। ਗੁਰੂ ਜੀ ਦੀ ਪਿੱਠ 'ਤੇ ਹੱਥ ਰੱਖੇਗਾ, ਉਹੀ ਇਸ ਸੰਸਾਰ ਦੀ ਜੰਗ ਨੂੰ ਜਿੱਤੇਗਾ। ਗੁਰੂ ਮਹਾਰਾਜ ਕਿਰਪਾ ਕਰਨ, ਆਓ ਭੁੱਲਾਂ ਚੁੱਕਾਂ ਦੀ ਖਿਮਾ ਕਰੀਏ। ਸਾਧ ਸੰਗਤ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਜਿੰਨੀਆਂ ਬਾਣੀ ਦੀ ਵਿਚਾਰ ਕਰਦਿਆਂ ਕੋਈ ਸ਼ਬਦ ਵੱਧ ਘੱਟ ਕਿਹਾ ਗਿਆ ਹੋਵੇ, ਦਾਸ ਖਿਮਾ ਦਾ ਜਾਚਕ ਹੈ। ਭੁੱਲਾਂ ਗਲਤੀਆਂ ਖਿਮਾ ਕਰਨਾ ਜੀ। ਆਓ ਫਤਿਹ ਬੁਲਾਈਏ, ਅਖੀਰਲੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ। ਆਪਨ ਕੀਆ ਕਰਹਿ ਆਪ ਆਪੈ ਪਾਸ਼ੈ ਆਪ। ਨਾਨਕ ਸੋ ਸਰਾਹੀਐ ਜੇ ਘਟ ਘਟ ਰਹਿਆ ਵਿਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।